ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਪ੍ਰੋਗਰਾਮ ਖਬਰ 'ਤੇ ਨਜ਼ਰ ਜਿਸ ਦੇ ਵਿੱਚ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਅਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-2500 408-272-2500। ਉਸ ਦੇ ਨਾਲ ਨਾਲ ਸੂਬੇ ਦਾ ਸੁਰਜੀਤ ਸਿੰਘ ਕੰਗ ਅਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਅਤੇ ਪਰਿਵਾਰ, ਯੂਨੀਵਰਸਿਟੀ ਤੋਂ ਸਤਨਾਮ ਸਿੰਘ ਗਿੱਲ, ਸੈਲਮਾ ਤੋਂ ਸੁਰਿੰਦਰ ਕੌਰ ਧਾਮੀ, ਸੀਰੀਜ਼ ਤੋਂ ਰਿਸ਼ਪਾਲ ਕੌਰ ਖੰਗੂੜਾ ਅਤੇ ਪਰਿਵਾਰ, ਬੇਕਰਸਫੀਲ ਤੋਂ ਬਲਦੇਵ ਸਿੰਘ ਧਾਲੀਵਾਲ, ਰੀਨੋ ਤੋਂ ਸੁਰਿੰਦਰ ਕੌਰ ਕਾਹਲੋਂ, ਰੈਂਚੋ ਕਡੋਵਾ ਤੋਂ ਕਾਬਲ ਸਿੰਘ ਬੈਂਸ, ਮੋਡੈਸਟੋ ਤੋਂ ਸੋਢੀ ਸਿੰਘ ਜੀ, ਸੈਕਰਾਮੈਂਟੋ ਤੋਂ ਅਤੇ ਸਰਬਜੀਤ ਸਿੰਘ ਸ਼ੋਕਰ ਟਰਲੁਕ ਤੋਂ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-5200 408-272-5200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਮਾਘੀ ਮੇਲੇ ਦੇ ਉੱਤੇ ਪੰਜਾਬ ਦੀ ਸਿਆਸਤ ਪੂਰੀ ਮਗੀ ਆ। ਦੱਸਿਆ ਜਾਂਦਾ ਹੈ ਵੀ ਆਪ ਦੀ ਜਿਹੜੀ ਆ ਉਹ ਗੁੱਡੀ ਥੋੜ੍ਹੀ ਜਿਹੀ ਜ਼ਿਆਦਾ ਚੜ੍ਹੀ ਆ। ਜੀ ਜੀ, ਪਰ ਮੈਂ ਜਿਹੜੀ ਗੱਲ ਕਹਾਂਗਾ ਕਿ ਕਿਹਨੂੰ ਯਾਦ ਸ਼ਹੀਦੀਆਂ ਤੇ ਕਿਹਨੂੰ ਚੇਤੇ ਪਾੜਨਾ ਬੇਦਾਵਾ ਸਾਹਿਬ ਦਾ, ਕਿਹਨੂੰ ਯਾਦ ਸ਼ਹੀਦੀਆਂ ਤੇ ਕਿਹਨੂੰ ਚੇਤੇ ਪਾੜਨਾ ਬੇਦਾਵਾ ਸਾਹਿਬ ਦਾ, ਸਿਆਸਤਾਂ ਦੇ ਸ਼ੋਰ ਦੱਬ ਲਿਆ ਇਤਿਹਾਸ ਖਿਦਰਾਂ ਨੇ ਕਿਤਾਬ ਦਾ। ਇਤਿਹਾਸ ਹੈ ਜਿਹੜਾ ਖਿਦਰਾਂ ਨੇ ਕਿਤਾਬ ਦਾ, ਉਹ ਸਿਆਸਤ ਦੇ ਸ਼ੋਰ ਥੱਲੇ ਦੱਬ ਜਾਂਦਾ ਜੀ, ਹਰੇਕ ਵਾਰ ਦੱਬ ਜਾਂਦਾ। ਕੋਈ ਪਹਿਲੀ ਵਾਰ ਨੀ ਹੋਇਆ, ਹਰ ਇੱਕ ਸਾਲ ਇਸ ਤਰ੍ਹਾਂ ਹੀ ਹੁੰਦਾ ਕਿ ਜਿਸ ਚੀਜ਼ ਲਈ ਉਹ ਮੇਲਾ ਜਿਹੜਾ ਲੱਗਦਾ ਉਹ ਉਸ ਇਤਿਹਾਸ ਨੂੰ, ਉਸ ਲਾਸਾਨੀ ਕੁਰਬਾਨੀ ਨੂੰ, ਲਾਸਾਨੀ ਜੰਗ ਨੂੰ, ਲਾਸਾਨੀ ਸ਼ਹੀਦੀਆਂ ਨੂੰ ਕੋਈ ਚੇਤੇ ਨਹੀਂ ਕਰਦਾ। ਬਸ ਉੱਥੋਂ ਆਪੋ ਆਪਣੇ ਸਿਆਸੀ ਰਾਜ ਅਲਾਪੇ ਜਾਂਦੇ ਆ। ਪਹਿਲਾਂ ਆਮ ਤੌਰ ਤੇ ਕੀ ਹੁੰਦਾ ਸੀਗਾ ਜੀ ਕਿ ਦੋ ਪਾਰਟੀਆਂ ਇੱਥੇ ਰੈਲੀਆਂ ਭਾਰੀ ਕਾਨਫਰੰਸਾਂ ਜਿਹੜੀਆਂ ਕਰਦੀਆਂ ਸੀ ਉਹ ਸੀ ਕਾਂਗਰਸ ਤੇ ਅਕਾਲੀ ਦਲ। ਹੁਣ ਤੀਜੀ ਧਿਰ ਉਹ ਤ੍ਰਿਆਕਲ ਵੀ ਆ ਗਏ ਤੇ ਉਹਨਾਂ ਨੇ ਆ ਕੇ ਦੋਵਾਂ ਦੇ ਇੱਕ ਤਰ੍ਹਾਂ ਨਾਲ ਕਹਿ ਲਈਏ ਮੂੰਹ ਉਡਾ ਦਿੱਤੇ, ਰੰਗ ਫਿੱਕੇ ਪਾ ਦਿੱਤੇ। ਕਿਉਂਕਿ ਕੱਲ ਜਿਹੜੀ ਉਹਨਾਂ ਦੀ ਕਾਨਫਰੰਸ ਸੀਗੀ, ਲੋਕਾਂ ਦਾ ਉਲਾਰ ਉਧਰ ਹੋ ਗਿਆ। ਇਹ ਵੈਸੇ ਪਹਿਲੀ ਵਾਰੀ ਨਹੀਂ ਹੋਇਆ, ਬਲਵੰਤ ਸਿੰਘ ਰਾਮੂਵਾਲ ਜਦੋਂ ਆਏ ਸੀ ਲੋਕ ਭਲਾਈ ਪਾਰਟੀ ਲੈ ਕੇ ਉਦੋਂ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ। ਉਹ ਉਧਰ ਉਸ ਕਾਨਫਰੰਸ ਦੇ ਵਿੱਚ ਲੋਕ ਹੈ ਜਿਹੜੇ ਗਏ, ਜਿਹੜੇ ਮਿੰਨੀ ਬੱਸਾਂ ਭਰ ਕੇ ਅਕਾਲੀਆਂ ਦੀਆਂ ਸੀ, ਕਾਂਗਰਸੀਆਂ ਦੀਆਂ ਸੀ, ਉੱਥੋਂ ਤੁਰ ਕੇ ਜਾ ਕੇ ਸੁਣ ਬਲਵੰਤ ਰਾਮੂ ਵਾਲੀਆਂ ਨੂੰ ਚਲੇ ਗਏ ਸੀ। ਤੇ ਇਸ ਤਰ੍ਹਾਂ ਦਾ ਹੀ ਉਲਾਰ ਹੈ ਜਿਹੜਾ ਕੱਲ ਵੀ ਇੱਥੇ ਵੇਖਿਆ ਗਿਆ। ਆਮ ਆਦਮੀ ਪਾਰਟੀ ਦੀ ਰੈਲੀ ਹੈ ਜਿਹੜੀ, ਦੱਸ ਦਿਓ ਕਿ ਦੋਨਾਂ ਨਾਲੋਂ ਭਾਰੀ ਰਹੀ ਹੈ। ਦੂਜੇ ਪਾਸੇ ਅਕਾਲੀਆਂ ਦੀ ਜਿਹੜੀ ਪੰਡਾਲ ਹੈ ਉਹ ਜਿਹੜੀ ਹੈ ਉਡੀਕਦੀ ਰਹੀ ਆਪਣੇ ਉੱਥੇ ਬੈਠਣ ਵਾਲਿਆਂ ਨੂੰ, ਪਰ ਪੰਡਾਲ ਹੈ ਜਿਹੜੇ ਕੁਛ ਸੈਕਟਰ ਜਿਹੜੇ ਖਿੱਤੇ ਸੀ ਉਸ ਪੰਡਾਲ ਦੇ ਉਹ ਖਾਲੀ ਰਹੇ। ਕਾਂਗਰਸੀ ਜਿਹੜੇ ਇਹ ਪਹਿਲੀ ਵਾਰੀ ਹੋਇਆ ਜੀ ਕਿ ਕਾਂਗਰਸੀ ਤੇ ਅਕਾਲੀ ਇਹਨਾਂ ਦੇ ਜਿਹੜੇ ਆਗੂ MLA ਉਹ ਵੀ ਜਾ ਕੇ ਲੋਕਾਂ ਦੇ ਵਿੱਚ ਮਿੰਟਾਂ ਖੜੇ ਰਹੇ ਕਿ ਬਹਿ ਜਾਓ ਬਹਿ ਜਾਓ ਬਹਿ ਜਾਓ, ਸਾਡੇ ਲੋਕਾਂ ਦਾ ਭਾਸ਼ਣ ਸੁਣੋ, ਪਰ ਲੋਕ ਜਿਹੜੇ ਉੱਥੋਂ ਉੱਠ ਕੇ ਜਾਂਦੇ ਰਹੇ। ਇਹ ਫੋਟੋਆਂ ਤੁਸੀਂ ਕਿਤੇ ਵੀ ਦੇਖ ਸਕਦੇ ਹੋ ਉਹਨਾਂ ਨੂੰ ਮਿੰਟਾਂ ਕਰਦਿਆਂ ਦੀਆਂ। MLA ਕਾਂਗਰਸ ਦਾ ਰਾਜਾ ਵੜਿੰਗ ਮਿੰਟਾਂ ਕਰਦਾ ਪਿਆ ਬਹਿ ਜਾਓ, ਅਕਾਲੀ ਦਲ ਦਾ ਇੱਕ ਬਹੁਤ ਵੱਡਾ ਨੇਤਾ ਉੱਥੇ ਸਮਝਾ ਰਿਹਾ ਲੋਕਾਂ ਨੂੰ। ਯਾਨੀ ਲੋਕ ਆ ਜਿਹੜੇ ਉਹ ਇਹਨਾਂ ਚੀਜ਼ਾਂ ਤੋਂ ਅੱਕੇ ਆ, ਤੇ ਤੌਰ ਤੇ ਅੱਕਣਾ ਜੀ ਉਹ ਮੁਨਾਸਿਬ ਹੈ। ਤੇ ਮੈਨੂੰ ਲੱਗਦਾ ਕਿ ਜੇ ਆਹੀ ਹਾਲ ਰਿਹਾ ਸਿਆਸਤ ਦਾ, ਇਹ ਠੀਕ ਹੈ ਕਿ ਹੁਣ ਪੁਰਾਣੇ ਜਿਹੜੇ ਉਹ ਆਪਣੇ ਕੰਮਾਂ ਦੇ ਦਾਅਵਿਆਂ ਤੇ ਵੋਟ ਮੰਗ ਰਹੇ ਕਿ ਜੀ ਅਸੀਂ ਉਹ ਕੀਤਾ
ਕੈਪਟਨ ਕਹਿ ਰਿਹਾ ਜੀ ਮੈਂ ਪਾਣੀਆਂ ਦਾ ਮੁੱਦਾ ਜਿਹੜਾ ਉਹਦੇ ਤੇ ਸਟੈਂਡ ਲਿਆ, ਅਕਾਲੀ ਦਲ ਕਹਿ ਰਿਹਾ ਕਿ ਅਸੀਂ ਵਿਕਾਸ ਕੀਤਾ, ਉਹ ਪੁਰਾਣੇ ਕੰਮਾਂ ਦੇ ਦਾਅਵਿਆਂ ਤੇ ਵੋਟ ਮੰਗ ਰਹੇ ਆ ਤੇ ਨਵੇਂ ਆ ਜਿਹੜੇ ਉਹ ਕਹਿੰਦੇ ਜੀ ਅਸੀਂ ਕਰਾਂਗੇ, ਉਹ ਵਾਅਦੇ ਤੇ ਵੋਟ ਮੰਗਦੇ ਕਿ ਤੁਹਾਡੇ ਨਾਲ ਵਾਅਦਾ ਰਿਹਾ ਸੀ ਇੰਜ ਕਰਕੇ ਦਿਖਾਵਾਂਗੇ। ਸੋ ਹੁਣ ਪੁਰਾਣੇ ਦਾਅਵੇ ਕਰ ਰਹੇ ਆ, ਨਵੇਂ ਵਾਅਦੇ ਕਰ ਰਹੇ ਆ, ਇਹ ਜਿਹੜੇ ਦਾਅਵੇ ਵਾਅਦਿਆਂ ਵਾਲੀ ਖੇਡ ਆ ਪਤਾ ਨੀ ਕਿੱਥੋਂ ਤੱਕ ਚੱਲੇਗੀ। ਪਰ ਜਿਸ ਤਰ੍ਹਾਂ ਇਹਨਾਂ ਭਾਸ਼ਣਾਂ ਚੋਂ ਉੱਠ ਉੱਠ ਕੇ ਲੋਕੀ ਜਾਣੇ ਸ਼ੁਰੂ ਹੋ ਗਏ, ਇਹ ਸੰਕੇਤ ਸ਼ਾਇਦ ਰਵਾਇਤੀ ਦਲਾਂ ਨੂੰ ਮਿਲ ਗਿਆ ਹੋਏਗਾ। ਜਿਸ ਤਰ੍ਹਾਂ ਇਹਨਾਂ ਭਾਸ਼ਣਾਂ ਤੋਂ ਲੋਕੀ ਅੱਕ ਗਏ ਆ, 30-40-50 ਸਾਲ 60 ਸਾਲ 70 ਸਾਲ ਤੋਂ ਸੁਣਦਿਆਂ ਆ ਕੰਨ ਜਿਹਨਾਂ ਦੇ ਪੱਕ ਗਏ ਆ, ਉਹ ਮੈਨੂੰ ਲੱਗਦਾ ਕਿ ਇੱਕ ਦਿਨ ਰੈਲੀਆਂ ਤੋਂ ਵੀ ਇਸੇ ਤਰ੍ਹਾਂ ਲੋਕਾਂ ਨੇ ਅੱਕ ਜਾਣਾ। ਪਰ ਹਾਲ ਦੀ ਘੜੀ ਦੇਖ ਲਓ ਜਿੰਨਾ ਵੀ ਬੰਦਾ ਆਇਆ, 2-3 ਲੱਖ ਜੋ ਵੀ ਬੰਦਾ ਆਇਆ ਉੱਥੇ ਕਰਕੇ ਕੀ ਆਇਆ, ਇੱਕ ਦਿਨ ਹੈ ਜਿਹੜਾ ਜੇ ਕਹਿ ਲਈਏ 2-3 ਲੱਖ ਜਿੰਨੀ ਵੀ ਗਿਣਤੀ ਹੈ, ਵੈਸੇ ਤੇ ਕਈ ਤੇ 5-5-7 ਲੱਖ ਸਿਆਸੀ ਦਲ ਆਪਣੇ ਪੰਡਾਲ ਦੀ ਉਹ ਹਾਜ਼ਰੀ ਦੱਸੀ ਜਾਂਦੇ ਆ, ਜਿੰਨੀ ਵੀ ਗਿਣਤੀ ਸੀਗੀ ਸਾਰੀ ਗਿਣਤੀ ਦੇ ਨਾਲ ਹੀ ਉਹਨਾਂ ਨੇ ਕੀਤਾ ਕੀ, ਕੱਖ ਵੀ ਨੀ, ਇੱਕ ਦਿਹਾੜੀ ਮਰ ਗਈ। ਤੇ ਜੇ ਇਹੀ 4-5 ਲੱਖ ਬੰਦਾ ਮੰਨ ਲਓ ਪੰਜਾਬ ਲਈ ਕੰਮ ਕਰਦਾ ਇੱਕ ਦਿਨ ਦੇ ਵਿੱਚ, ਜਾਂ ਹੋਰ ਨਹੀਂ ਕੋਈ ਸਫਾਈ ਮੁਹਿੰਮ ਛੇੜ ਲੈਣ ਇੱਕ ਦਿਨ, ਸਾਰਾ ਇੱਕ ਦਿਨ ਕੱਢ ਕੇ, ਤਾਂ ਮੈਨੂੰ ਲੱਗਦਾ ਪੰਜਾਬ ਦਾ ਸਾਰਾ ਕਚਰਾ ਸਾਫ਼ ਕੀਤਾ ਜਾ ਸਕਦਾ ਸੀ। ਬਿਲਕੁਲ ਕਚਰਾ ਤੇ ਹੋਣਾ ਨੀ ਸਾਫ਼, ਉਹਨੂੰ ਤਾਂ ਟਾਈਮ ਲੱਗ ਜਾਣਾ। ਅਤੇ ਮੈਂ ਇੱਥੇ ਨਾਲ ਜੁੜਵੀਂ ਗੱਲ ਕਰਨਾ ਚਾਹੂੰਗਾ, ਆਮ ਆਦਮੀ ਪਾਰਟੀ ਕਹਿੰਦੇ ਵੀ ਅਸੀਂ ਸਿਆਸਤ ਬਦਲਣ ਦੇ ਲਈ ਆਏ ਹਾਂ, ਕੰਮ ਇਹਨਾਂ ਨੇ ਰਵਾਇਤੀ ਪਾਰਟੀਆਂ ਵਾਲਾ ਉਸੇ ਤਰੀਕੇ ਦੇ ਨਾਲ ਕੀਤਾ, ਅਤੇ ਲੋਕਾਂ ਨੂੰ ਹਾਂ ਵੀ ਬਹੁਤ ਜ਼ਿਆਦਾ ਰੋਸ ਆ, ਨਿਰਾਸ਼ ਨੇ ਜਿਹੜੀਆਂ ਪਹਿਲੋਂ 2 ਰਵਾਇਤੀ ਪਾਰਟੀਆਂ ਤੋਂ, ਅਤੇ ਇਹਨਾਂ ਦੇ ਜਿਹੜੇ ਸਿਆਸੀ ਬਦਲਾਵ ਦੇ ਵਿੱਚ ਕੁਛ ਜ਼ਿਆਦਾ ਤਬਦੀਲੀ ਨਹੀਂ ਲਿਖੀ, ਕੰਮ ਤੇ ਇਹਨਾਂ ਨੇ ਵੀ ਫਿਰ ਓਦਾਂ ਹੀ ਜਿਹੜੇ ਕੰਨ ਲੁਭਾਊ ਜਿਹੜੇ ਨਾਰੇ ਉਹੀ ਕੀਤੇ। ਬਿਲਕੁਲ ਜੀ, ਬਦਲਾਵ ਦੀ ਉਮੀਦ ਕੀ ਕਰ ਸਕਦੇ ਹਾਂ ਕਿ ਜਿਹੜੀ ਕਿ ਸਿਆਸਤ ਦੇ ਵਿੱਚ ਹੀ ਆ ਗਈ ਕਿ ਉਹ ਕਰਨੀ ਸਿਆਸਤ ਆਏ ਤਾਂ ਫਿਰ ਸਿਆਸਤ ਹੀ ਕਰਨਗੇ, ਫਿਰ ਬਦਲਾਅ ਆ ਜਿਹੜਾ ਉਹ ਬਾਅਦ ਦੀ ਗੱਲ ਹੈ ਕਿ ਕਿਸ ਤਰ੍ਹਾਂ ਦਾ ਬਦਲਾਅ ਆਉਣਾ ਉਹ ਬਾਅਦ ਦੀ ਗੱਲ। ਹਾਲ ਦੀ ਘੜੀ ਉਹ ਵੀ ਸਿਆਸਤ ਹੀ ਕਰ ਰਹੇ ਆ, ਸਿਆਸਤ ਹੀ ਕਰ ਰਹੇ, ਉਹਨਾਂ ਨੇ ਵੀ ਕੋਈ ਦੇਖੋ ਜਿਹੜੀ ਗੱਲ ਉਹ ਕਹਿ ਕੇ ਗਏ ਆ ਕਿ ਅਸੀਂ ਨਸ਼ੇ ਤਸਕਰਾਂ ਨੂੰ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਅਸੀਂ ਬਗਰਾੜੀ ਕਾਂਡ ਨੂੰ ਏਦਾਂ ਜਾਂਚ ਕਰਵਾਵਾਂਗੇ, ਦਲਤਾਂ ਤੇ ਕਮਿਸ਼ਨ ਬਿਠਾਵਾਂਗੇ, ਇਹ ਚੀਜ਼ਾਂ ਤੇ ਦੂਸਰੇ ਦਲ ਵੀ ਕਹਿੰਦੇ ਆ ਨਾ, ਅਕਾਲੀ ਵਿਰੋਧੀ ਦਲ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਮਾਨ ਆ, ਚਾਹੇ ਉਹ ਕਾਂਗਰਸ ਹੈ, ਉਹ ਵੀ ਤੇ ਇਹੀ ਚੀਜ਼ਾਂ ਕਰ ਰਹੇ ਹੈ ਨਾ, ਉਹ ਵੀ ਇਹੀ ਚੀਜ਼ਾਂ ਕਹਿ ਰਹੇ ਆ ਕਿ ਅਸੀਂ ਜੇਕਰ ਸਾਨੂੰ ਕੋਈ ਰਾਜ ਭਾਗ ਦਿਓਗੇ ਤੁਸੀਂ ਤਾਂ ਅਸੀਂ ਅਕਾਲੀਆਂ ਦੀਆਂ ਕੀਤੀਆਂ ਵਧੀਕੀਆਂ ਦਾ ਹਿਸਾਬ ਕਿਤਾਬ ਲਵਾਂਗੇ, ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ, ਅਸੀਂ ਸਿੱਖਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ, ਹਰੇਕ ਜਿਹੜਾ ਵਿਰੋਧੀ ਦਲ ਹੈ ਉਹੀ ਕਰਦਾ ਤੇ ਉਹੀ ਕੁਛ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ। ਪਤਾ ਨੀ ਇਹ ਹੁਣ ਸਿਆਸੀ ਮਜਬੂਰੀ ਹੈ ਜਾਂ ਸਿਆਸੀ ਸੱਭਿਆਚਾਰ ਦਾ ਹਿੱਸਾ ਬਣਨਾ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਹਾਲ ਦੀ ਘੜੀ ਜੋ ਉਹਨਾਂ ਕਿਹਾ ਸੀ ਕਿ ਵੱਖਰੀ ਰਾਜਨੀਤੀ ਕਰਨ ਆਏ ਹਾਂ ਅਸੀਂ, ਉਹ ਵੱਖਰੀ ਰਾਜਨੀਤੀ ਵਾਲੀ ਜਿਹੜਾ ਉਹ ਹਾਲੇ ਤੱਕ ਉਹ ਦਿਸਿਆ ਨੀ ਗੱਲ, ਲੋਕ ਲਵਾਉਣ ਵਾਲਾ ਨਾਰਾ ਹੈ ਜਿਹੜਾ ਉਹ ਹਾਲੇ ਤੱਕ ਅਮਲ 'ਚ ਆਉਂਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਇਹਨਾਂ ਨੇ ਕਿਸੇ ਸਮੇਂ ਇਹਨਾਂ ਦੇ ਇੱਕ ਬਹੁਤ ਵੱਡੇ ਲੀਡਰ ਨੇ ਜਿਹੜਾ ਪਹਿਲਾਂ ਉਹ ਹੋਰ ਕਿਸੇ ਪਾਰਟੀ ਦੇ ਵਿੱਚ ਸੀ, ਉਹਨਾਂ ਨੇ ਇਹ ਗੱਲ ਭਗਤ ਸਿੰਘ ਹੋਰਾਂ ਦੀ ਉੱਥੇ ਜਗ੍ਹਾ ਤੇ ਕਹੀ ਸੀ ਖੜ ਕੇ ਕਿ ਅਸੀਂ ਕਿਸੇ ਧਾਰਮਿਕ ਮੇਲੇ ਤੇ ਰੈਲੀ ਨਹੀਂ ਕਰਾਂਗੇ, ਉਦੋਂ ਕਿਸੇ ਹੋਰ ਆਪਦੀ ਪਾਰਟੀ ਦੇ ਵਿੱਚ ਸੀ। ਪਰ ਅੱਜ ਦੇਖੋ ਉਹੀ ਉਹੀ ਨੇਤਾ ਅੱਜ ਉਹ ਧਾਰਮਿਕ ਸਮਾਗਮਾਂ ਤੇ ਪ੍ਰਚਾਰ ਕਰਦਾ ਹੈ, ਸਾਰਾ ਕੁਛ ਕਰਦਾ, ਸੋ ਉਹ ਹੈ ਕੁਛ ਵੀ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਬਹੁਤ ਸਾਰੇ ਨੇਤਾ ਉਹੀ ਆਏ ਆ ਜਿਹਨਾਂ ਦਾ ਪਿਛੋਕੜ ਇਹਨਾਂ ਦੇ ਨਾਲ ਹੀ ਜੁੜਦਾ, ਜਿਹੜਾ ਕੁਛ ਅਸੀਂ ਕਰ ਰਹੇ ਹਾਂ ਕਿ ਇਹਨਾਂ ਨੇ ਬੇੜਾ ਗਰਕ ਕੀਤਾ ਉਹ ਉਹਨਾਂ ਲੋਕਾਂ ਦੇ ਨਾਲੋਂ ਹੀ ਆਏ ਆ ਬਹੁਤੇ ਲੋਕ ਇਹਨਾਂ ਜੀ।
ਅਤੇ ਇਸ ਦੇ ਉੱਤੇ ਵੀ ਹੁਣ ਕਾਫੀ ਜਿਹੜੀ ਆ ਬਹਿਸ ਜਿਹੜੀ ਆ ਚੱਲ ਰਹੀ ਆ ਵੀ ਖਡੂਰ ਸਾਹਿਬ ਦੀ ਜਿਹੜੀ ਜਿਮਣੀ ਚੋਣ ਆ ਉਹ ਲੜਨੀ ਚਾਹੀਦੀ ਆ ਜਾਂ ਨਹੀਂ ਲੜਨੀ ਚਾਹੀਦੀ, ਕੀ ਇਸ ਦੇ ਵਿੱਚ ਫਾਇਦੇ ਜਾਂ ਨੁਕਸਾਨ ਹੋਣਗੇ ਜੇ ਆਮ ਆਦਮੀ ਪਾਰਟੀ ਇਹ ਲੜਦੀ ਹੈ ਜਾਂ ਨਹੀਂ ਲੜਦੀ? ਦੇਖੋ, ਆਮ ਆਦਮੀ ਪਾਰਟੀ ਦੀ ਵੈਸੇ ਤੇ ਨਿੱਜੀ ਉਹਨਾਂ ਦੀ ਇੱਕ ਪਾਲਿਸੀ ਹੋ ਸਕਦੀ ਹੈ ਕਿ ਉਹਨਾਂ ਦੀ, ਪਰ ਜੇ ਉਹ ਕਹਿੰਦੇ ਨੇ ਜਿਵੇਂ ਉਹਨਾਂ ਦਾ ਦਾਅਵਾ ਹੈ ਕਿ ਅਸੀਂ ਦਿੱਲੀ ਵਾਲਾ ਰਿਕਾਰਡ ਹੈ ਜਿਹੜਾ ਉਹ ਪੰਜਾਬ ਚ ਦੁਹਰਾ ਸਕਦੇ ਹਾਂ, ਜੇ ਉਹ ਇੰਨੇ ਕੌਨਫੀਡੈਂਟ ਨੇ ਕਿ ਉਹ ਰਿਕਾਰਡ ਹੈ ਜਿਹੜਾ ਉਹ ਟੁੱਟੇਗਾ ਤਾਂ ਟੁੱਟੇਗਾ ਪੰਜਾਬ ਦੇ ਅੰਦਰ, ਕਿ 117 ਦੇ ਵਿੱਚ ਅਸੀਂ 100 ਸੀਟਾਂ ਜਿਹੜੀਆਂ ਉਹ ਵਿਨ ਕਰ ਸਕਦੇ ਹਾਂ, ਜਿੱਤ ਸਕਦੇ ਹਾਂ, ਤਾਂ ਫਿਰ ਉਹਨਾਂ ਨੂੰ ਉੱਥੇ ਹੱਥ ਅਜਮਾ ਲੈਣੇ ਚਾਹੀਦੇ ਸੀ ਕਿ ਫਿਰ ਜੇ ਇੰਨਾ ਹੀ ਆਤਮ ਵਿਸ਼ਵਾਸ ਹੈ ਤਾਂ ਉਹ ਉੱਥੇ ਜ਼ੋਰ ਜਿਹੜਾ ਹੈ ਜੋਇਆ ਜਾ ਸਕਦਾ ਸੀ ਆਪਦਾ ਕਿ ਅਸੀਂ ਕਿੱਥੇ ਖੜੇ ਹਾਂ। ਪਰ ਇਹ ਵੀ ਹੋ ਸਕਦਾ ਕਿ ਜਿਹੜਾ ਉਹਨਾਂ ਦੇ ਪੱਖ ਚ ਇੱਕ ਲਹਿਰ ਬਣਦੀ ਜਾ ਰਹੀ ਹੈ, ਇੱਕ ਜਿਹੜਾ ਉਹਨਾਂ ਦੇ ਪੱਖ ਚ ਲੋਕਾਂ ਦਾ ਉਲਾਰ ਹੁੰਦਾ ਜਾ ਰਿਹਾ, ਖਾਸ ਤੌਰ ਤੇ ਨੌਜਵਾਨ ਵਰਗ ਦਾ, NRI ਵਰਗ ਦਾ ਇੱਕ ਉਲਾਰ ਦੇਖਣ ਨੂੰ ਮਿਲ ਰਿਹਾ, ਉਹ ਸ਼ਾਇਦ ਇਸ ਚੀਜ਼ ਦਾ ਇੱਕ ਭੈ ਵੀ ਹੈ ਉਹਨਾਂ ਦੇ ਮਨ ਚ ਕਿ ਕਿਤੇ ਉਹ ਜਿਹੜਾ ਚੋਣ ਹਾਰਨ ਤੇ ਉਹ ਜਿਹੜਾ ਇੱਕ ਸਾਡੇ ਪੱਖ ਦੇ ਵਿੱਚ ਬਣਦਾ ਹੈ ਰੁੱਖ, ਕਿਤੇ ਉਹ ਪਲਟ ਨਾ ਜਾਵੇ, ਸ਼ਾਇਦ ਇਹੀ ਡਰ ਹੈ, ਚਿੰਤਾ ਹੈ ਕਿ ਉਹ ਇੱਕ ਹਾਰ ਹੈ ਜਿਹੜੀ ਉਹ ਕਈ ਹੋਰ ਹਾਰਾਂ ਦਾ ਮੁੱਢ ਨਾ ਬਣ ਦੇਵੇ। ਖੈਰ ਇਹ ਸਮੇਂ ਨੇ ਤੈਅ ਕਰ ਦੇਣਾ ਜੀ। ਉਹ ਕਿਸੇ ਨੇ ਕਿਹਾ ਸੀਗਾ ਕਿ ਨਾਇਆ ਮੇਰੇ ਵਾਲ ਕਿੱਡੇ ਕਿੱਡੇ, ਉਹਨੇ ਕਿਹਾ ਜਜਮਾਨ ਥੋੜਾ ਸਬਰ ਰੱਖ, ਜਿੱਡੇ ਵੀ ਅੱਗੇ ਝੋਲੀ ਚ ਡਿੱਗ ਪੈਣੇ ਹੋਰ ਦੋ ਮਿੰਟਾਂ। ਜੀ ਜੀ ਜੀ, ਤੇ ਆਪਾਂ ਅਗਲੀ ਗੱਲ ਕਰੀਏ, ਇੱਕ ਦਿਨ ਦੇ ਵਿੱਚ 3 ਕਿਸਾਨ ਮਜ਼ਦੂਰਾਂ ਨੇ ਕੀਤੀ ਆਪਣੀ ਜ਼ਿੰਦਗੀ ਖਤਮ। ਜੀ, ਅਸੀਂ ਇਹਨਾਂ ਚੀਜ਼ਾਂ ਦਾ ਹੱਲ ਲੋਚਦੇ ਹਾਂ, ਅਸੀਂ ਕੋਈ ਵੀ ਪਾਰਟੀ ਹੈ ਜਿਹੜੀ, ਅਸਲ ਇਸ ਮੁੱਦਿਆਂ ਦੀ ਜਿਹੜੀ ਕਹਾਣੀ ਹੈ ਨਾ ਉਹ ਸਹੀ ਕਰਨ ਵਾਲੀ ਪਾਰਟੀ ਤਲਾਸ਼ਦਾ ਪੰਜਾਬ, ਲੋੜ ਵੀ ਐਸੀ ਇੱਕ ਸਿਆਸੀ ਸੰਗਠਨ ਦੀ ਹੈ ਜੋ ਇਹਨਾਂ ਚੀਜ਼ਾਂ ਨੂੰ ਠੱਲ ਪਾਵੇ। ਤੁਸੀਂ ਦੇਖੋ ਕਿ ਸਾਡੇ ਪੰਜਾਬ ਦੇ ਜਿਹੜੇ ਅਖ਼ਬਾਰ ਆ ਉਹ ਇਹਨਾਂ ਚੀਜ਼ਾਂ ਦੇ ਨਾਲ ਨੁੱਚੜਦੇ ਆਉਂਦੇ ਆ, ਇਹਨਾਂ ਖੂਨੀ ਖ਼ਬਰਾਂ ਦੇ ਨਾਲ ਭਿੱਜਦੇ ਆਉਂਦੇ ਆ, ਜਦੋਂ ਵੀ ਸਾਡੀਆਂ ਡੈਲੀਜ਼ਾਂ ਤੇ ਆਉਂਦੇ ਆ, ਜਦੋਂ ਵੀ ਅਸੀਂ ਅਖ਼ਬਾਰ ਚੱਕਦੇ ਹਾਂ ਪੰਜਾਬ ਦਾ ਕੋਈ ਵੀ ਅਖ਼ਬਾਰ ਚੱਕਦੇ ਹਾਂ ਤਾਂ ਰੋਜ਼ਾਨਾ 1-2 ਖੁਦਕੁਸ਼ੀਆਂ, 2-3 ਖੁਦਕੁਸ਼ੀਆਂ, ਕਈ ਵਾਰ ਕਿ 4-4 ਖੁਦਕੁਸ਼ੀਆਂ ਦੀ ਖ਼ਬਰ ਹੈ ਜਿਹੜੀ ਫਰੰਟ ਪੇਜ ਤੇ ਲੱਗੀ ਹੁੰਦੀ ਹੈ, ਤੇ ਉਹ ਪੜ੍ਹ ਕੇ ਜਿਹੜਾ ਸਾਰੇ ਪੰਜਾਬ ਦੀ ਤਸਵੀਰ ਹੈ ਉਸ ਛੋਟੇ ਜਿਹੇ ਕਾਲਮ ਦੇ ਵਿੱਚ ਨਜ਼ਰ ਆ ਜਾਂਦੀ ਹੈ ਕਿ ਸਾਡੇ ਪੰਜਾਬ ਦੀ ਅਸਲ ਤਸਵੀਰ ਕੀ ਹੈ, ਜਿਹੜੀ ਸਾਨੂੰ ਚੈਨਲਾਂ ਤੇ ਦਿਖਾਈ ਜਾਂਦੀ ਹੈ, ਜਿਹੜੀ ਸਾਨੂੰ ਇਸ਼ਤਿਹਾਰਾਂ ਰਾਹੀਂ ਪੜ੍ਹਾਈ ਜਾਂਦੀ ਹੈ, ਉਹ ਤਸਵੀਰ ਅਸਲ ਤਸਵੀਰ ਨਹੀਂ। ਅਸਲ ਤਸਵੀਰ ਇਹੀ ਹੈ ਕਿ ਸਾਡੇ ਪੰਜਾਬ ਦੇ ਕਿਸਾਨ ਇੱਕੋ ਦਿਨ 3-3 ਕਿਸਾਨ ਮਜ਼ਦੂਰ ਹੈ ਜਿਹੜੇ ਉਹ ਜ਼ਿੰਦਗੀ ਖਤਮ ਕਰ ਲੈਂਦੇ ਆ। ਹੁਣ ਆਹ 2 ਘਟਨਾਵਾਂ ਵਾਪਰੀਆਂ ਜੀ, ਜਿਹੜੀਆਂ ਇੱਕ ਭਵਾਨੀਗੜ੍ਹ ਦੇ ਨੇੜੇ ਪਿੰਡ ਘਰਾਚੋ ਦਾ ਕਿਸਾਨ ਸੀਗਾ ਲਾਭ ਸਿੰਘ, ਉਹਨੇ ਨਹਿਤ ਛਾਲ ਮਾਰ ਕੇ ਆਪਦੀ ਜਾਨ ਦੇ ਦਿੱਤੀ। ਉਹਦੇ ਪਿੱਛੇ ਵੀ ਕਾਰਨ ਇਹੀ ਰਿਹਾ ਕਿ ਉਹਨੇ 5 ਕਿੱਲੇ ਜ਼ਮੀਨ ਸੀ ਜਿਹੜੀ ਠੇਕੇ ਤੇ ਲਈ, ਠੇਕਾ ਜਿਹੜਾ ਸੀਗਾ ਉਹ ਭਰਿਆ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਫਸਲਾਂ ਦੀ ਜਿਹੜੀ ਉਹ ਭਰਪਾਈ ਤਾਂ ਨਹੀਂ ਹੁੰਦੀ ਮੁੱਲ ਦੇ ਰੂਪ ਦੇ ਵਿੱਚ, ਪਰ ਠੇਕੇ ਆ ਜਿਹੜੇ ਉਹ ਲਗਾਤਾਰ ਵੱਧਦੇ ਜਾਂਦੇ, 50,000 ਤੱਕ ਠੇਕੇ ਪਹੁੰਚੇ ਪਏ ਆ। ਇੰਨਾ ਠੇਕਾ ਭਰ ਕੇ ਕਿਸਾਨ ਨੇ ਫਸਲ ਬੀਜਣੀ ਵੀ, ਉਹਦੇ ਤੇ ਲਾਗਤ ਵੀ ਕਰਨੀ ਹੈ, ਤੇ ਜੇ ਮੁਨਾਫਾ ਨਾ ਮਿਲੇ ਤਾਂ ਫਿਰ ਕਿਸਾਨ ਲਈ ਆਪਦਾ ਭਵਿੱਖ ਹੈ ਜਿਹੜਾ ਉਹ ਸਮਝ ਲਓ ਕਿ ਦਾਅ ਤੇ ਲੱਗ ਜਾਂਦਾ। ਹੁਣ ਇਸ ਕਿਸਾਨ ਨੇ ਲਾਭ ਸਿੰਘ ਨੇ 5 ਕਿੱਲੇ ਜ਼ਮੀਨ ਠੇਕੇ ਤੇ ਲਈ ਸੀ, 11-21 ਝੋਨਾ ਬੀਜਿਆ ਸੀ, 11-21 ਝੋਨੇ ਦੀ ਕੀਮਤ ਹੈ ਜਿਹੜੀ ਉਹ ਡਿੱਗ ਪਈ, ਪਹਿਲਾਂ ਡਿੱਗ ਪਈ ਬਾਅਦ ਚ ਵਪਾਰੀਆਂ ਨੇ ਵੈਸੇ ਕਮਾਈ ਵੀ ਕੀਤੀ ਜਦੋਂ ਖਰੀਦ ਲਈ ਕਿਸਾਨਾਂ ਨੇ, ਪਰ ਕਿਸਾਨਾਂ ਲਈ ਤਾਂ ਉਹ ਕੀਮਤ ਇੰਨੀ ਕਿ ਕਿਸਾਨ ਉੱਥੇ ਜਿਹੜੀ ਆਪਦੀ ਫਸਲ ਵੇਚ ਕੇ ਨਹੀਂ ਆਏ, ਮੰਡੀਆਂ ਚ ਸੁੱਟ ਕੇ ਆਏ, ਤੋ ਸੁੱਟੀ ਹੋਈ ਫਸਲ ਨੇ ਜ਼ਿੰਦਗੀ ਤਾਂ ਫਿਰ ਇੱਕ ਵਾਰੀ ਉਹ ਹਿਲਾਉਣੀ ਸੀਗੀ। ਇਸ ਕਿਸਾਨ ਦੀ ਜ਼ਿੰਦਗੀ ਹਿੱਲੀ ਤਾਂ ਕਰਜ਼ਾ ਜਦੋਂ ਚੜ੍ਹ ਗਿਆ, ਠੇਕਾ ਵੀ ਪੈ ਗਿਆ ਸਿਰ ਤੇ, ਘਾਟਾ ਵੀ ਪੈ ਗਿਆ, ਉਸ ਤੋਂ ਹਤਾਸ਼ ਹੋ ਕੇ ਉਹਨੇ ਕੱਲ ਆਪਦੀ ਜ਼ਿੰਦਗੀ ਹੈ ਜਿਹੜੀ ਆਪਦੀ ਖਤਮ ਕਰ ਲਈ। ਇੱਕ ਹੋਰ ਕਿਸਾਨ ਸੀਗਾ ਮਿੱਠੂ ਸਿੰਘ ਜੀ, ਉਹਦਾ ਪਿੰਡ ਸੀਗਾ ਰਾਮਪੁਰਾ ਫੂਲ ਦੇ ਨੇੜੇ ਭੈਣੀ ਝੂੜ,
ਉਸ ਕਿਸਾਨ ਨੇ ਵੀ ਆਤਮ ਹੱਤਿਆ ਕਰ ਲਈ। ਉਹਦਾ ਵੀ ਨਰਮਾ ਸੀ 5 ਕਿੱਲੇ, ਉਹ ਨਰਮਾ ਪਿਛਲੇ ਵਾਰੀ ਜਦੋਂ ਤੁਹਾਨੂੰ ਪਤਾ ਕਿ ਕੁਛ ਪੰਛੀ ਕੁਛ ਜਿਹੜੇ ਸੀਗੇ ਚੋਰ ਉਹ ਪਏ, ਉਹਨਾਂ ਨੇ ਚੁੱਕ ਦਿੱਤਾ, ਉਸ ਤੋਂ ਬਾਅਦ ਉਹਦੀ ਜ਼ਿੰਦਗੀ ਹੈ ਜਿਹੜੀ ਉਹ ਕਰਜ਼ੇ ਦੇ ਵਿੱਚ ਘਿਰ ਗਈ। ਕਰਜ਼ੇ ਦੇ ਵਿੱਚ ਘਿਰੀ ਜ਼ਿੰਦਗੀ ਦੋ ਹੀ ਰਾਹ ਤਲਾਸ਼ਦੀ ਹੈ ਜੀ, ਜਾਂ ਕਿਸੇ ਪਾਸੇ ਨੂੰ ਨਿਕਲ ਜਾਣਾ, ਮੂੰਹ ਚੁੱਕ ਲੈਣਾ, ਤੇ ਜਾਂ ਫਿਰ ਇਸ ਦੁਨੀਆਂ ਤੋਂ ਕੂਚ ਕਰ ਜਾਣਾ। ਦੋ ਹੀ ਰਾਹ ਬੰਦੇ ਦੇ ਕੋਲ ਹੁੰਦੇ, ਕਰਜ਼ਾਈ ਬੰਦੇ ਕੋਲ, ਤੇ ਇਸ ਕਿਸਾਨ ਨੇ ਵੀ ਦੂਸਰਾ ਹੀ ਰਾਹ ਚੁਣਿਆ ਕਿ ਆਪਦਾ ਜੀਵਨ ਖਤਮ ਕਰ ਲਿਆ, ਕਿਉਂਕਿ ਇਹਨੇ ਜ਼ਮੀਨ ਜਿਹੜੀ ਠੇਕੇ ਤੇ ਲਈ ਸੀ, ਨਰਮਾ ਜਿਹੜਾ ਤਬਾਹ ਹੋ ਗਿਆ, ਠੇਕਾ ਵੀ ਸਿਰ ਤੇ ਪੈ ਗਿਆ, ਔਰ ਜਿਹੜਾ ਲਾਗਤ ਕੀਤੀ ਸੀਗੀ ਫਸਲ ਤੇ ਉਹ ਵੀ ਸਿਰ ਤੇ ਪੈ ਗਈ। ਸੋ ਇਸ ਕਿਸਾਨ ਨੇ ਵੀ ਆਤਮ ਹੱਤਿਆ ਕਰ ਲਈ। ਤੀਜੀ ਘਟਨਾ ਬਰਨਾਲੇ ਦੇ ਨੇੜੇ ਇੱਕ ਮਜ਼ਦੂਰ ਸੀ, ਖੇਤ ਮਜ਼ਦੂਰ, ਉਹਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਹਦੇ ਕੋਲੋਂ ਜ਼ਿੰਦਗੀ ਦਾ ਜਿਹੜਾ ਗੱਡਾ ਸੀ ਉਹ ਰੇੜ ਨਹੀਂ ਸੀ ਹੋ ਪਾ ਰਿਹਾ। ਸੋ ਇਹ ਕਹਾਣੀ ਹੈ ਜੀ, ਸਾਰੀ ਕਹਾਣੀ ਹੈ ਉਹ ਇੱਕ ਤੰਦ ਦੇ ਨਾਲ ਹੀ ਮੂੜੀ ਹੋਈ ਹੈ, ਤੇ ਉਹ ਤੰਦ ਇਹ ਹੈ ਕਰਜ਼ਾ, ਕਰਜ਼ਾ ਜਿਹੜਾ ਉਹ ਕਿਸਾਨਾਂ ਤੇ ਹੈ। ਸੋ ਇਹਨਾਂ ਚੀਜ਼ਾਂ ਦਾ ਹੱਲ ਹੈ ਜਿਹੜਾ ਉਹ ਸੋਚਣ ਦੀ ਲੋੜ ਹੈ। ਪਰ ਤੁਹਾਨੂੰ ਪਤਾ ਜੀ ਕਿ ਸਿਆਸਤ ਹੈ ਜਿਹੜੀ ਉਹ ਦਰਦਾਂ ਤੇ ਨਹੀਂ ਚੱਲਦੀ, ਉਹ ਚੀਸਾਂ ਤੇ ਨਹੀਂ ਚੱਲਦੀ, ਉਹ ਵਹਿਣਾ ਕੁਰਲਾਉਣਾ ਤੇ ਨਹੀਂ ਚੱਲਦੀ। ਸਿਆਸਤ ਹੈ ਜਿਹੜੀ ਉਹ ਮੁੱਦਿਆਂ ਤੇ ਚੱਲਦੀ, ਆਪਦੇ ਹਿੱਤਾਂ ਤੇ ਚੱਲਦੀ ਹੈ। ਸਿਆਸਤ ਹਿੱਤਾਂ ਤੇ ਚੱਲ ਰਹੀ ਹੈ, ਪਰ ਪੰਜਾਬ ਅੱਜ ਕੱਲ ਸੇਵਿਆਂ ਦੀ ਅੱਗ ਤੇ ਚੱਲਦਾ ਪਿਆ ਜੀ। ਅਗਲੀ ਖਬਰ ਵੱਲ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰ, ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਫਰੇਟਲਾਈਨਰ ਆਫ ਸਾਲਟ ਲੇਕ ਸਿਟੀ ਯੂਟਾ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਨਵੇਂ ਪੁਰਾਣੇ ਟਰੱਕ ਆ ਉਹ ਖਰੀਦ ਸਕਦੇ ਹੋ। ਟਰੱਕਾਂ ਦਾ ਵੱਡਾ ਭੰਡਾਰ ਹੈ ਇਹਨਾਂ ਦੇ ਕੋਲ। ਫਰੇਟਲਾਈਨਰ ਅਤੇ ਕਾਸਕੇਡੀਆ ਦੇ ਟਰੱਕਾਂ ਦੇ ਵਿੱਚ ਇਹਨਾਂ ਦੀ ਸਪੈਸ਼ਲਿਟੀ ਆ, ਹਰ ਤਰ੍ਹਾਂ ਦੇ ਜਿਹੜੇ ਪ੍ਰਾਈਸ ਆ ਉਸ ਨੂੰ ਬੀਟ ਕਰਦੇ ਹਨ। ਪੰਜਾਬੀ ਦੇ ਵਿੱਚ ਗੱਲ ਕਰਨ ਦੇ ਲਈ ਸੰਧੂ ਹੁਣਾਂ ਦੇ ਨਾਲ ਗੱਲਬਾਤ ਕਰੋ, ਨੰਬਰ 801-895-1313, 801-895-1313 ਦੇ ਉੱਤੇ। ਅਤੇ ਅਗਲੀ ਗੱਲ ਕਰੀਏ, ਸਕੂਲ ਦੀ ਵਿੱਚ ਜਾਂਚ ਕਰਨ ਆਈ ਟੀਮ ਨੂੰ ਮਾਸਟਰਾਂ ਨੇ ਕਟਾਪਾ ਚਾੜਿਆ। ਮਾਸਟਰਾਂ ਦਾ ਜਿਹੜਾ ਹਾਲ ਹੈ ਜੀ, ਉਹ ਤੁਹਾਨੂੰ ਪਤਾ ਹੀ ਹੈ, ਕਦੀ ਖਬਰ ਆ ਜਾਂਦੀ ਹੈ ਕਿ ਕਿਸੇ ਮਾਸਟਰ ਤੇ ਦੋਸ਼ ਲੱਗ ਜਾਂਦੇ ਆ ਛੇੜਛਾੜ ਦੇ। ਪਿੱਛੇ ਦੇ ਮੋਹਾਲੀ ਦੇ ਵਿੱਚ ਇੱਕ ਚੌਂਕ ਦੇ ਵਿੱਚ ਪੁਲਿਸ ਵਾਲਿਆਂ ਤਲਾਸ਼ੀ ਲਈ, ਤੇ ਉਹ ਦੋ ਜਣਿਆਂ ਕੋਲੋਂ ਸਮੈਕ ਨਿਕਲ ਆਈ। ਉਹਨਾਂ ਨੇ ਪੁੱਛਿਆ ਕਿ ਕੰਮ ਕੀ ਕਰਦੇ ਹੋ, ਤੇ ਉਹਨੇ ਦੱਸਿਆ ਬੜੇ ਮਾਣ ਨਾਲ ਫਕਰ ਨਾਲ ਕਿ ਮੈਂ ਅਧਿਆਪਕ ਹਾਂ। ਇੱਕ ਪਿੱਛੇ ਜੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਾਰ ਖੜੀ ਸੀਗੀ ਕਿਸੇ ਨਾਲੇ ਤੇ, ਤੇ ਉਹ ਕਾਰ ਹਿੱਲੀ ਜਾਂਦੀ ਸੀਗੀ, ਤੇ ਪੁਲਿਸ ਵਾਲਿਆਂ ਨੂੰ ਜਦੋਂ ਸ਼ੱਕ ਪਿਆ ਉਹਨਾਂ ਨੇ ਜਾ ਕੇ ਵੇਖਿਆ ਤੇ ਵਿੱਚ ਉਹ ਦੋ ਜਾਣੇ ਚਿੱਟਾ ਪੀ ਰਹੇ ਸੀਗੇ। ਤੇ ਉਹਨੂੰ ਵੀ ਪੁੱਛਿਆ, ਉਹ ਕਹਿੰਦੇ ਕਿ ਕੀ ਕਿੱਦਾਂ ਕਰਦਾ, ਉਹ ਕਹਿੰਦਾ ਜੀ ਮੈਂ ਵੀ ਅਧਿਆਪਕ ਹਾਂ। ਅਧਿਆਪਕਾਂ ਦਾ ਜਿਹੜਾ ਇਹ ਅਸੀਂ ਇੱਕ ਰੂਪ ਉੱਥੇ ਦੇਖਿਆ, ਇੱਕ ਰੂਪ ਛੇੜਛਾੜ ਵਾਲਾ ਵੀ ਅਸੀਂ ਦੇਖਦੇ ਹਾਂ, ਉਹਨਾਂ ਦੇ ਦੋਸ਼ ਲੱਗਦੇ, ਖਾਣ ਪੀਣ ਵਾਲੇ ਵੀ ਦੋਸ਼ ਲੱਗਦੇ ਆ, ਪਰ ਹੁਣ ਖਾਣ ਪੀਣ ਤੋਂ ਉੱਤੇ ਹੱਥ ਠੋਕਵਾਂ ਕੰਮ ਵੀ ਉਹਨਾਂ ਦਾ ਚੱਲ ਪਿਆ ਕਿ ਉਹ ਹੱਥ ਦਸਤ ਪੰਜਾ ਵੀ ਲੈਣ ਲੱਗ ਪਏ, ਜਿਹੜੇ ਆਪਦੇ ਉਹਨਾਂ ਦੇ ਉੱਚ ਅਧਿਕਾਰੀ ਆ। ਇਹ ਟੀਮ ਆਈ ਜੀ ਖੰਨਾ ਨੇੜੇ ਕੋਈ ਸਕੂਲ ਆ ਉਹਦੇ ਵਿੱਚ, ਦਹੀੜੂ ਪਿੰਡ ਦੇ ਸਕੂਲ ਦੇ ਵਿੱਚ ਆਈ ਸੀਗੀ ਜਾਂਚ ਕਰਨ ਕਿ ਮਿਡ ਡੇ ਮੀਲ ਜਿਹੜੀ ਹੈ ਉਹ ਜਵਾਕਾਂ ਨੂੰ ਪ੍ਰੋਪਰ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ। ਜਦੋਂ ਉਹਨਾਂ ਨੇ ਆ ਕੇ ਵੇਖਿਆ ਕਿ ਬੱਚੇ ਜਿਹੜੇ ਰਜਿਸਟਰ ਦੇ ਵਿੱਚ ਤੇ 30 ਚੜੇ ਹੋਏ ਆ, ਤੇ ਜਦਕਿ ਬੱਚੇ ਉੱਥੇ ਬੈਠੇ 3-4 ਆ, ਉਹਨਾਂ ਨੇ ਜਦੋਂ ਪੁੱਛਿਆ ਕਿ ਮਾਮਲਾ ਕੀ ਹੈ, ਉਹਨਾਂ ਨੇ ਜਦੋਂ ਡਾਕਟਰ ਮਾਸਟਰਾਂ ਨੇ ਉਹਨਾਂ ਨੂੰ ਦੱਸਣ ਤੋਂ ਆਨਾਕਾਨੀ ਕੀਤੀ, ਇੱਧਰ ਉੱਧਰ ਟਾਲਣ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਨੇ ਰਿਕਾਰਡ ਆਪਦੇ ਕਬਜ਼ੇ 'ਚ ਕਰ ਲਿਆ
ਕਿ ਕੋਈ ਗੱਲ ਨੀ ਜੀ ਅਸੀਂ ਇਹ ਰਿਕਾਰਡ ਲੈ ਜਾਂਦੇ ਹਾਂ। ਉੱਥੋਂ ਜਿਹੜੀ ਫਿਰ ਧੱਕ ਮੁੱਕ ਧੁੱਕੀ ਚੱਲਦੀ ਰਹੀ, ਬਾਅਦ ਚ ਇਹ ਹੱਥੋਂ ਪਾਈ ਹੋ ਗਏ। ਇਸ ਦੌਰਾਨ ਇੱਕ ਜਿਹੜਾ ਅਧਿਕਾਰੀ ਸੀ ਸੁਖਮਿੰਦਰ ਪਾਲ, ਉਹਦਾ ਸਿਰ ਪਾੜ ਦਿੱਤਾ ਗਿਆ, ਯਾਨੀ ਉਹਦਾ ਸਿਰ ਹੈ ਜਿਹੜਾ ਉਹ ਖਿਲਾਰ ਦਿੱਤਾ ਗਿਆ, ਉਹ ਹਸਪਤਾਲ ਚ ਉਹਨੂੰ ਲਿਜਾਣਾ ਪਿਆ। ਬਾਅਦ ਦੇ ਵਿੱਚ ਹੁਣ ਮਾਸਟਰ ਕਹਿ ਰਿਹਾ ਜੀ ਕਿ ਉਹ ਸਾਡੇ ਤੋਂ ਰਿਕਾਰਡ ਧੱਕੇ ਚ ਧੱਕੇ ਨਾਲ ਲਿਜਾਂਦੇ ਸੀ, ਸਾਡੇ ਨਾਲ ਬਦ ਕਲਾਮੀ ਕੀਤੀ ਜੀ, ਅਸੀਂ ਰੋਕਿਆ ਤੇ ਉਹ ਹੱਥੀ ਪੈ ਗਏ ਸਾਡੇ। ਇਸੇ ਟੱਕਰ ਟਕਰਾਅ ਦੇ ਵਿੱਚ ਹੀ ਸੁਖਮਿੰਦਰ ਪਾਲ ਦਾ ਜਿਹੜਾ ਸਿਰ ਹੈ ਉਹ ਮੇਜ ਨਾਲ ਵੱਜਾ। ਪਰ ਸ਼ਰਮਨਾਕ ਗੱਲਾਂ ਨੇ ਜੀ, ਸਕੂਲਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਉਣੀਆਂ ਨੇ, ਔਰ ਖਾਸ ਤੌਰ ਤੇ ਅਧਿਆਪਨ ਦੇ ਕਿੱਤੇ ਨਾਲ ਜੁੜੇ ਲੋਕਾਂ ਦੇ ਹੱਥੋਂ ਇਹੋ ਜਿਹੀਆਂ ਘਟਨਾਵਾਂ ਦਾ ਹੋਣਾ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਜੇਕਰ ਗੁਰੂ ਇਹੋ ਜਿਹੇ ਤੇ ਅੱਗੇ ਚੇਲੇ ਕਿਸ ਤਰ੍ਹਾਂ ਦੇ ਪੈਦਾ ਹੋਣਗੇ। ਜੀ ਜੀ ਬਿਲਕੁਲ, ਬਾਕੀ ਗੁਰੂ ਇੱਦਾਂ ਦੇ ਤੇ ਬਾਕੀ ਜੋ ਦੇਖਣ ਨੂੰ ਮਿਲ ਜਾਂਦਾ, ਚੱਕ ਲਓ ਰਿਵਾਲਵਰ ਤੇ ਆ ਵੀ ਕਰ ਦਿਓ ਤੇ ਆ ਵੀ ਕਰ ਦਿਓ, ਫਿਰ ਉਹੀ ਕੁਛ ਨਿਕਲਣਾ ਅੱਗੋਂ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਭਾਰਤ ਸਰਕਾਰ ਦੀ ਜਿਹੜੀ ਫਸਲ ਬੀਮਾ ਯੋਜਨਾ ਆ, ਕਈ ਸਵਾਲ ਆ ਤੇ ਕਈ ਚਰਚੇ ਇਸ ਦੇ ਉੱਤੇ। ਬੜੇ ਵੱਡੇ ਪੱਧਰ ਤੇ ਇਹਨਾਂ ਨੇ ਇਹ ਜਿਹੜੀ ਫਸਲੀ ਬੀਮਾ ਵਾਲੀ ਸਕੀਮ ਹੈ ਉਹ ਲਾਂਚ ਕੀਤੀ ਹੈ ਜੀ। ਭਾਰਤ ਸਰਕਾਰ ਨੇ ਨਰਿੰਦਰ ਮੋਦੀ ਦੀ ਜਿਹੜੀ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾ, ਇਸ ਨੂੰ ਦੇਖਿਆ ਜਾਂਦਾ ਹੈ। ਵੈਸੇ ਤੇ ਯੋਜਨਾਵਾਂ ਉਹਨਾਂ ਨੇ ਕਈ ਪਹਿਲਾਂ ਲਾਂਚ ਕੀਤੀਆਂ ਤੇ ਕਈ ਫਲੋਪ ਹੋਈਆਂ ਨੇ। ਸਵੱਛ ਭਾਰਤ ਹੈ ਜਾਂ ਹੋਰ ਕਈ ਇਸ ਤਰ੍ਹਾਂ ਦੀਆਂ ਨੇ ਯੋਜਨਾਵਾਂ ਜਿਹੜੀਆਂ ਚੱਲੀਆਂ ਤੇ ਬਸ ਚੱਲ ਕੇ ਉਹ ਜਿੱਦਾਂ ਥੋਸੋ। ਹੁਣ ਸਕੀਮ ਬੀਮਾ ਸਕੀਮ ਹੈ ਜਿਹੜੀ ਕਿਸਾਨਾਂ ਲਈ ਵਰਦਾਨ ਦੱਸੀ ਜਾ ਰਹੀ ਹੈ, ਪਰ ਇਹਦੇ ਤੇ ਕਈ ਸਵਾਲ ਕਈ ਸ਼ੰਕੇ ਖੜੇ ਹੁੰਦੇ ਆ। ਵੈਸੇ ਭਾਰਤ ਸਰਕਾਰ ਨੇ ਚੰਗੀ ਪਹਿਲ ਕੀਤੀ ਹੈ, ਇਸ ਗੱਲ ਦੀ ਆਪਾਂ ਉਹਨਾਂ ਦੀ ਸ਼ਲਾਘਾ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ, ਪਰ ਕੋਸ਼ਿਸ਼ਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਕਿ ਉਹਦਾ ਲਾਭ ਕਿਸੇ ਨੂੰ ਮਿਲੇ ਕਿਸੇ ਨੂੰ ਨਾ ਮਿਲੇ, ਯਾਨੀ ਜਿਹੜੀ ਵੱਟ ਨਾਲ ਵੱਟ ਰਹਿ ਜਾਵੇ, ਇੱਕ ਲੈ ਜਾਵੇ ਦੂਸਰਾ ਰਹਿ ਜਾਵੇ, ਇਸ ਤਰ੍ਹਾਂ ਦਾ ਕੁਛ ਨਾ ਹੋਵੇ। ਹੁਣ ਜਿਹੜੀ ਇਹ ਫਸਲੀ ਬੀਮਾ ਸਕੀਮ ਆ ਉਹ ਜਿਹੜੀ ਹੈ ਉਹ ਜ਼ਿਆਦਾ ਲਾਭ ਦਿੰਦੀ ਹੈ ਬੁੰਦੇਲਖੰਡ ਯੂਪੀ ਜਾਂ ਉੱਧਰਲੇ ਉੱਤਰਾਖੰਡ ਦੇ ਇਹਨਾਂ ਕਿਸਾਨਾਂ ਨੂੰ, ਕਿਉਂਕਿ ਇਸ ਬੀਮਾ ਸਕੀਮ ਦੇ ਵਿੱਚ ਕੁਛ ਸ਼ਰਤਾਂ ਨੇ। ਵੈਸੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਪ੍ਰੀਮੀਅਮ ਭਰਾਵਾਂਗੇ ਬੀਮੇ ਦਾ ਉਹ ਇਹ ਹੈ ਕਿ ਜਿਵੇਂ ਕਣਕ ਦੀ ਫਸਲ ਹੈ ਉਹ 1.5% ਜਾਂ ਜਿਹੜੀ ਬਾਗਾਂ ਦੀ ਫਸਲ ਹੈ ਜਿਵੇਂ ਵਪਾਰਕ ਫਸਲਾਂ ਆ ਜਾਂਦੀਆਂ ਬਾਗਾਂ ਦੀਆਂ ਉਹਦੇ ਲਈ 5%, ਇਸ ਤਰ੍ਹਾਂ ਕਰਕੇ ਇਹਨਾਂ ਨੇ ਸ਼੍ਰੇਣੀਬੱਧ ਕੀਤਾ ਸੀਗਾ ਪ੍ਰੀਮੀਅਮ ਨੂੰ। ਉਹਦੇ ਲਈ ਪ੍ਰੀਮੀਅਮ ਭਰਨ ਦੀ ਜਿਹੜੀ ਰੱਖੀ ਹੈ ਗੱਲ ਉਹ ਤਾਂ ਬਾਅਦ ਚ ਆਪਾਂ ਕਰਾਂਗੇ, ਪਰ ਮੇਨ ਮੁੱਦਾ ਕੀ ਹੈ ਜੀ ਕਿ ਦੇਖੋ ਜਿਹੜਾ ਬੀਮਾ ਹੈ ਉਹ ਤਾਂ ਹੀ ਸਾਰਥਕ ਹੋਏਗਾ ਜੇ ਉਹਦੀਆਂ ਸ਼ਰਤਾਂ ਨਰਮ ਹੋਣਗੀਆਂ। ਜੇ ਸ਼ਰਤ ਦਰ ਸ਼ਰਤ ਜਿਹੜੀ ਹੈ ਵਧਾਈ ਜਾਏਗੀ ਫਿਰ ਉਹ ਕਾਰਗਰ ਨਹੀਂ ਹੋਣੀ। ਉਦਾਹਰਣ ਦੇ ਤੌਰ ਤੇ ਜਿਹੜੀ ਕੁਛ ਚੀਜ਼ ਮੈਂ ਦੇਖਦਾ ਕਿ ਬੁੰਦੇਲਖੰਡ ਉੱਤਰਾਖੰਡ ਯੂਪੀ ਮਹਾਰਾਸ਼ਟਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਆਫਤਾਂ ਆਉਂਦੀਆਂ ਨੇ ਉਹ ਆਉਂਦੀਆਂ ਨੇ ਕੁਦਰਤੀ ਆਫਤਾਂ। ਇੱਥੇ ਸੋਕਾ ਵੀ ਜ਼ਿਆਦਾ ਪੈ ਜਾਂਦਾ ਹੈ, ਇੱਥੇ ਕਈ ਵਾਰ ਹੜ੍ਹ ਵੀ ਜ਼ਿਆਦਾ ਆ ਜਾਂਦੇ ਆ, ਯਾਨੀ ਜਿਹੜੀਆਂ ਕੁਦਰਤੀ ਆਫਤਾਂ ਜ਼ਿਆਦੀਆਂ ਨੇ ਤੇ ਇਹ ਬੀਮਾ ਹੈ ਕੁਦਰਤੀ ਆਫਤਾਂ ਲਈ। ਜਦਕਿ ਸਾਡੇ ਪੰਜਾਬ 'ਚ ਮਾਮਲਾ ਉਲਟ ਹੈ, ਇੱਥੇ ਤਬਾਹੀ ਹੁੰਦੀ ਹੈ ਮੰਤਰੀਆਂ ਦੇ ਪੈਰੋਂ, ਇੱਥੇ ਤਬਾਹੀ ਹੁੰਦੀ ਹੈ ਨਕਲੀ ਬੀਜਾਂ ਵਾਲਿਆਂ ਦੇ ਪੈਰੋਂ, ਇੱਥੇ ਤਬਾਹੀ ਹੁੰਦੀ ਹੈ ਨਕਲੀ ਕੀਟਨਾਸ਼ਕਾਂ ਦੇ ਪੈਰੋਂ, ਯਾਨੀ ਇੱਥੇ ਮਨੁੱਖ ਸਾਜੀ ਆਫਤ ਆਉਂਦੀ ਹੈ। ਇੱਥੇ ਜਿਹੜੇ ਲੋਕ ਆ ਉਹ ਮਨੁੱਖੀ ਆਫਤ ਦਾ ਸ਼ਿਕਾਰ ਹੁੰਦੇ ਆ, ਨਾ ਕਿ ਕੁਦਰਤੀ ਆਫਤ ਦਾ। ਸਾਡੇ ਇੱਥੇ ਸੋਕਾ ਜਿਹੜਾ ਬਹੁਤ ਘੱਟ ਪੈਂਦਾ ਹੈ, ਹਾਲਾਂਕਿ 2014 ਦੇ ਵਿੱਚ ਥੋੜਾ ਜਿਹਾ ਸੋਕਾ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਨੂੰ, ਕਿਉਂਕਿ 50% ਤੋਂ ਘੱਟ ਵਰਖਾ ਹੋਈ ਸੀਗੀ। ਪਰ ਆਮ ਤੌਰ ਤੇ ਸਾਡੇ ਸੋਕਾ ਵੀ ਨਹੀਂ ਪੈਂਦਾ, ਸਾਡੇ ਹੜ੍ਹ ਵੀ ਨਹੀਂ ਆਉਂਦੇ। ਕੁਦਰਤੀ ਆਫਤਾਂ ਤੋਂ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਕੁਦਰਤ ਦੇ ਬੰਦਿਆਂ ਦੇ ਹੱਥੋਂ ਹੁੰਦਾ। ਸੋ ਇਸ ਮਾਮਲੇ 'ਚ ਪੰਜਾਬ ਨੂੰ ਇਹ ਜਿਹੜੀ ਯੋਜਨਾ ਹੈ ਉਹ ਕਾਰਗਰ ਨਹੀਂ ਲੱਗਦੀ। ਦੂਜੀ ਗੱਲ ਇਹ ਹੈ ਕਿ ਇਸ ਬੀਮਾ ਸਕੀਮ ਦੇ ਵਿੱਚ ਸ਼ਰਤ ਇਹ ਹੁੰਦੀ ਹੈ ਕਿ ਇਹਨੂੰ ਪਿੰਡ ਨੂੰ ਇਕਾਈ ਮੰਨਿਆ ਜਾਂਦਾ। ਮਸਲਨ
ਕਿ ਜੇਕਰ ਨੁਕਸਾਨ ਹੁੰਦਾ ਤਾਂ ਉਹਨਾਂ ਨੇ ਮੇਰੇ ਪਿੰਡ ਦੀ ਸਾਰੀ ਰਿਪੋਰਟ ਦੇ ਆਧਾਰ ਤੇ ਉਹ ਬੀਮਾ ਜਿਹੜਾ ਦੇਣਾ, ਯਾਨੀ ਜੇ ਸਾਰੇ ਪਿੰਡ ਦੇ ਵਿੱਚ ਨੁਕਸਾਨ ਹੋਇਆ ਤਾਂ ਉਹ ਨੁਕਸਾਨ ਮਿਲਣਾ। ਪਰ ਕਈ ਵਾਰ ਕੀ ਹੁੰਦਾ ਜੀ ਕਿ ਨੁਕਸਾਨ ਹੈ ਜਿਹੜਾ ਉਹ ਇੱਕ ਕਿਸਾਨ ਦਾ ਹੋ ਜਾਂਦਾ, ਵੱਟ ਦੇ ਦੂਜੇ ਪਾਸੇ ਜਿਹੜੀ ਫਸਲ ਬਚ ਜਾਂਦੀ, ਕਈ ਵਾਰੀ ਨਹੀਂ ਵੀ ਇੱਕ ਵੱਟ ਛੱਡ ਕੇ ਪੈ ਜਾਂਦਾ। ਸੋ ਇਹ ਜਿਹੜੀ ਗੱਲ ਹੈ ਇਹ ਇਸ ਕਰਕੇ ਟੁਕਵੀਂ ਨਹੀਂ ਕਿਉਂਕਿ ਜਿੰਨਾ ਚਿਰ ਇਹ ਅਸੀਂ ਏਕੜ ਨੂੰ ਇਕਾਈ ਨਹੀਂ ਮੰਨਦੇ, ਜਿੱਥੇ ਫਸਲ ਬੀਜੀ ਹੈ ਚਾਹੇ ਉਹਦੀ ਇੱਕ ਏਕੜ ਦੋ ਏਕੜ, ਉਸ ਖੇਤ ਨੂੰ ਇਕਾਈ ਮੰਨ ਕੇ ਨਹੀਂ ਅਸੀਂ ਬੀਮਾ ਪਾਲਿਸੀ ਲਾਂਚ ਕਰਦੇ। ਤਾਂ ਮੈਨੂੰ ਲੱਗਦਾ ਕਿ ਇਹ ਵੀ ਜਿਹੜਾ ਮਾਮਲਾ ਪੱਖ ਹੈ ਜਿਹੜਾ ਸਾਰਥਕ ਨਹੀਂ ਹੋਏਗਾ। ਔਰ ਤੀਜਾ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ 50-50 ਫੀਸਦੀ ਹਿੱਸੇਦਾਰੀ ਰੱਖੀ ਗਈ ਕੇਂਦਰ ਦੀ ਤੇ ਰਾਜ ਸਰਕਾਰ ਦੀ। ਹੁਣ ਸਾਡੀ ਰਾਜ ਸਰਕਾਰ ਕੋਲ ਤੇ ਆਪਦੀ ਪੁਲਿਸ ਨੂੰ ਦੇਣ ਲਈ ਵਰਦੀ ਨਹੀਂ ਹੈ, ਤੇ ਜੇਕਰ ਬੀਮੇ ਦੀ ਗੱਲ ਕਰੀਏ ਤਾਂ ਉਹਦੇ ਹਿੱਸੇ ਆਉਣਾ ਸਾਡੀ ਰਾਜ ਸਰਕਾਰ ਦੇ 800 ਕਰੋੜ ਰੁਪਈਆ। ਹੁਣ ਪੁਲਿਸ ਨੂੰ ਦੇਣ ਲਈ ਤਾਂ ਉਹਦੇ ਕੋਲ ਵਰਦੀ ਨਹੀਂ, ਤੇ 800 ਕਰੋੜ ਰੁਪਏ ਦੀ ਇੰਸ਼ੋਰੈਂਸ ਕਿਵੇਂ ਦੇ ਦੇਗੀ? ਮੈਨੂੰ ਲੱਗਦਾ ਕਿ ਇਸ ਪਾਲਿਸੀ ਦਾ ਜਿਹੜਾ ਹਸ਼ਰ ਹੈ ਸਾਡੀ ਪੰਜਾਬ ਸਰਕਾਰ ਨੇ ਉਹ ਕਰ ਦੇਣਾ, ਉਹਨਾਂ ਨੇ ਨਾ ਹੀ ਕਰ ਦੇਣੀ ਕਿ ਸਾਨੂੰ ਤੇ ਜ਼ਰੂਰਤ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਕਿ ਸਾਨੂੰ ਬਹੁਤ ਵੱਡੀ ਵਿਪਤਾ ਗੱਲ ਪੈ ਜਾਣੀ, ਅਸੀਂ ਪੈਸਾ ਕਿੱਥੋਂ ਲਿਆਵਾਂਗੇ ਇੰਨਾ। ਜੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਵੈਸੇ ਵੀ ਕਿਸਾਨਾਂ ਦੇ ਪੱਖੀ ਤੇ ਮਜ਼ਦੂਰਾਂ ਦੇ ਪੱਖੀ ਇਹਨਾਂ ਦਾ ਰਵੱਈਆ ਮਾੜਾ ਹੀ ਰਿਹਾ ਇਸ ਟਾਈਮ ਦੀ ਸਰਕਾਰ ਦਾ। ਅਗਲੀ ਜਿਹੜੀ ਗੱਲ ਕਰੀਏ ਜਿਹੜਾ ਡੇਰਾ ਮੁਖੀ ਆ ਉੱਤੇ ਇੱਕ ਹੋਰ ਜਾਂਚ ਦੇ ਹੁਕਮ। ਬਿਲਕੁਲ ਜੀ, ਇਹ ਵੈਸੇ ਕਮਾਲ ਦੀ ਗੱਲ ਹੈ ਕਿ ਡੇਰਾ ਮੁਖੀ ਤੇ ਐਡੇ ਐਡੇ ਸੰਗੀਨ ਹੈ ਜਿਹੜੇ ਦੋਸ਼ ਲੱਗਦੇ ਆ ਉਹਨੂੰ ਕੁਛ ਵੀ ਨਹੀਂ ਹੁੰਦਾ, ਜਿਹੜਾ ਉਹਦੀ ਨਕਲ ਉਤਾਰਦਾ ਆਰਟਿਸਟ ਉਹਦੇ ਸਾਹ ਸੁੱਕਣੇ ਪੈ ਜਾਂਦੇ ਆ। ਉਹ ਜਿਹੜਾ ਕੀਕੂ ਹੁਸ਼ਿਆਰ ਦਾ ਫੜਿਆ ਉਹਦੀ ਥਾਣੇ ਦੇ ਵਿੱਚ ਬੁਰੀ ਹਾਲਤ ਹੋ ਗਈ। ਉਹ ਤਾਂ ਕਹਿੰਦੇ ਕਿ ਮਾਫੀਆਂ ਹੀ ਮੰਗੀ ਜਾਂਦਾ, ਇੰਨਾ ਸਹਿਮੇ ਇੰਨਾ ਡਰਿਆ ਕਿ ਮੇਰੀ ਕਿਸੇ ਤਰੀਕੇ ਨਾਲ ਜਾਨ ਛੁੱਟੇ। ਇੰਨਾ ਜ਼ਿਆਦਾ ਦਬਾਅ, ਇੰਨਾ ਜ਼ਿਆਦਾ ਪੁਲਸੀਆ ਦਬਕਾ, ਇੰਨਾ ਜ਼ਿਆਦਾ ਪ੍ਰੇਮੀਆਂ ਦਾ ਉਹਦੇ ਤੇ ਜਿਵੇਂ ਕਹਿ ਲਈਏ ਕਿ ਇੱਕ ਜ਼ੋਰ ਚੱਲਿਆ ਕਿ ਉਹ ਬਿਲਕੁਲ ਲੜਖੜਾਇਆ ਪਿਆ। ਉਸ ਕਲਾਕਾਰ ਦੀ ਦੁਰਦਸ਼ਾ ਹੋਰ ਹੀ ਕਰ ਦਿੱਤੀ ਇਹਨਾਂ ਨੇ। ਉਹ ਤੇ ਜਿਹੜਾ ਹਸਾਉਂਦਾ ਸੀ ਅੱਜ ਉਹਨੂੰ ਹਸਾਉਣ ਵਾਲਾ ਕੋਈ ਚਾਹੀਦਾ ਕਿ ਉਹਨੂੰ ਰੋਂਦੇ ਤੋਂ ਹਸਾਇਆ ਜਾਵੇ। ਪਰ ਦੂਜੇ ਪਾਸੇ ਦੇਖੋ ਡੇਰਾ ਮੁਖੀ ਤੇ ਕਿੱਡੇ ਕਿੱਡੇ ਸੰਗੀਨ ਕੇਸ ਚੱਲਦੇ ਆ, ਉਹਦੇ ਤੇ ਹੱਤਿਆ ਦਾ ਵੀ ਹੈ, ਬਲਾਤਕਾਰ ਦਾ ਵੀ ਹੈ। ਹੁਣ ਇੱਕ ਹੋਰ ਮਾਮਲਾ ਜਿਹਦੇ ਚ ਹਾਈ ਕੋਰਟ ਨੇ ਜਾਂਚ ਦੇ ਹੁਕਮ ਦਿੱਤੇ ਆ, ਪਹਿਲਾਂ ਵੀ ਆਏ ਸੀਗੇ ਅਦਾਲਤ ਵੱਲੋਂ ਪਰ ਕਿਸੇ ਨੇ ਗੌਰ ਨਹੀਂ ਕੀਤਾ ਕਿਉਂਕਿ ਬਾਬੇ ਦੀ ਜਿਹੜੀ ਹੈ ਉਹ ਤੁਹਾਨੂੰ ਪਤਾ ਉਹਦੀ ਕੁੰਡਲੀ ਹੈ ਜਿਹੜੀ ਭਾਜਪਾ ਦੇ ਨਾਲ ਬਹੁਤ ਜ਼ਿਆਦਾ ਅੱਜ ਕੱਲ੍ਹ ਮੇਲ ਖਾਂਦੀ ਹੈ। ਉਹ ਜਿਵੇਂ ਕਹਿ ਸਕਦੇ ਕਿ ਦੋਵੇਂ ਮੰਗਲੀਕ ਨੇ, ਇੱਕੋ ਇੱਕੋ ਸੂਤਰ ਦੇ ਧਾਗੇ ਆ। ਉਸ ਬਾਬੇ ਤੇ ਹੁਣ ਫੇਰ ਇੱਕ ਜਾਂਚ ਹੈ ਜਿਹੜੀ ਉਹ ਖੁੱਲੀ ਹੈ। ਜਾਂਚ ਕੀ ਹੈ? ਹਾਈ ਕੋਰਟ ਜਿਹੜਾ ਰਾਜਸਥਾਨ ਹਾਈ ਕੋਰਟ ਹੈ ਉਹਨੇ ਜਾਂਚ ਲਈ 2 ਮਹੀਨੇ ਦਾ ਸਮਾਂ ਬਾਉਂਡ ਕੀਤਾ ਕਿ 2 ਮਹੀਨਿਆਂ 'ਚ ਜਾਂਚ ਪੂਰੀ ਹੋ ਜਾਣੀ ਚਾਹੀਦੀ ਹੈ। ਹੋਇਆ ਕੀ ਹੈ ਜੀ ਕਿ ਉਸ ਇਲਾਕੇ ਦਾ ਜਿਹੜਾ ਕੋਈ ਸੀਗਾ, ਹੁਣ ਆਪਾਂ ਉਸ ਬੰਦੇ ਦਾ ਵਿਅਕਤੀ ਦਾ ਨਾਮ ਨਹੀਂ ਲੈ ਸਕਦੇ, ਕਿ ਉਹਦੀ ਪਤਨੀ ਤੇ ਉਹ ਦੋਵੇਂ ਇੱਥੇ ਗਏ ਸੀ ਆਸ਼ਰਮ ਦੇ ਵਿੱਚ। ਆਸ਼ਰਮ ਦੇ ਵਿੱਚ ਗਏ ਤਾਂ ਉਹਨਾਂ ਨੇ ਇਹ ਘਟਨਾ ਜਿਹੜੀ ਉਹ 24 ਮਾਰਚ ਦੀ ਹੈ, 24 ਮਾਰਚ ਦੀ ਹੈ ਤੇ 4 ਦਿਨ ਉੱਥੇ ਰਹੇ ਤੇ 29 ਮਾਰਚ ਨੂੰ ਉਹਦੀ ਪਤਨੀ ਜਿਹੜੀ ਉੱਥੇ ਉਹਨੂੰ ਆਖਰੀ ਵਾਰ ਮਿਲੀ। ਉਸ ਤੋਂ ਬਾਅਦ ਕਹਿ ਦਿੱਤਾ ਗਿਆ ਜੀ ਕਿ ਉਹਦੀ ਪਤਨੀ ਜਿਹੜੀ ਉਹ ਜਿਹੜੀ ਡੂੰਘੀ ਸਾਧਨਾ 'ਚ ਚਲੀ ਗਈ ਹੈ ਉਹ ਫੇਰ ਆਏਗੀ। ਉਹਦੀ ਪਤਨੀ ਨੂੰ ਉਸ ਤੋਂ ਬਾਅਦ ਮਿਲਣਾ ਹੀ ਨਹੀਂ ਦਿੱਤਾ ਗਿਆ, ਯਾਨੀ ਦੋਵੇਂ ਆਸ਼ਰਮ 'ਚ ਗਏ ਸੀ ਇਹਨਾਂ ਦੇ, ਉਸ ਤੋਂ ਬਾਅਦ ਉਹਦੀ ਪਤਨੀ ਉੱਥੇ ਆਸ਼ਰਮ 'ਚੋਂ ਲਾਪਤਾ ਹੋ ਗਈ। ਉਹ ਹੁਣ ਦੋਸ਼ ਲਾਉਂਦਾ ਪਿਆ ਜੀ ਕਿ ਇਹ ਮੇਰੀ ਪਤਨੀ ਨੂੰ ਜਿਹੜਾ ਉਹ ਇਸ ਬਾਬੇ ਨੇ ਬੰਧਕ ਬਣਾਇਆ ਹੋਇਆ, ਜਬਰੀ ਉੱਥੇ ਰੱਖਿਆ ਹੋਇਆ, ਜਦਕਿ ਜਿਹੜੀ ਪੁਲਿਸ ਆ ਉਹ ਗੱਲ ਨਹੀਂ ਸੀ ਸੁਣ ਰਹੀ। ਅਖੀਰ ਉਹ ਅਦਾਲਤ 'ਚ ਗਿਆ, ਛੋਟੀ ਅਦਾਲਤ ਨੇ ਵੀ ਹੁਕਮ ਦਿੱਤੇ ਕਿ ਭਾਈ ਉਹਦੀ ਪਤਨੀ ਦਿਓ, ਲੱਭ ਕੇ ਦਿਓ ਪੁਲਿਸ ਨੂੰ, ਪਰ ਪੁਲਿਸ ਨੇ ਫੇਰ ਨਹੀਂ ਸੁਣੀ। ਅਖੀਰ ਮਾਮਲਾ ਜਿਹੜਾ ਪੁੱਜਦਾ ਹਾਈਕੋਰਟ ਦੇ ਵਿੱਚ ਗਿਆ ਤੇ ਹਾਈਕੋਰਟ ਨੇ ਕਿਹਾ ਕਿ 2 ਮਹੀਨਿਆਂ 'ਚ ਇਹਦੀ ਜਾਂਚ ਮੁਕੰਮਲ ਕਰਕੇ ਸਾਰੀ ਰਿਪੋਰਟ ਦਿਓ, ਜੇ ਮਾਮਲੇ 'ਚ ਸੱਚਾਈ ਹੈ ਤਾਂ ਫੇਰ ਮਾਮਲਾ ਦਰਜ ਕਰੋ।
ਪਰ ਇਹ ਜਿਹੜੀ ਹੁਣ ਜਾਂਚ ਦੇ ਹੁਕਮ ਹੋਏ, ਇਹ ਜਾਂਚ ਜਿਹੜੀ ਉਹ ਕਿਹੜੀ ਕਾਠ ਦੀ ਹਾਂਡੀ ਇਹਦੇ ਤੇ ਚੜੇਗੀ ਉਹ ਸਮਾਂ ਦੱਸੇਗਾ, ਕਿਉਂਕਿ ਉਹੀ ਉਹੀ ਡੇਰੇ ਵਾਲਾ, ਉਹੀ ਸਰਕਾਰ ਹੈ, ਉਹੀ ਪੁਲਿਸ ਹੈ, ਜਾਂਚ ਤੇ ਅਸੀਂ ਉਹਨਾਂ ਨੇ ਕਰਨੀ, ਹੁਣ ਕਿਸ ਤਰ੍ਹਾਂ ਦੀ ਕਰਦੇ ਆ ਉਹ ਤੇ ਸਮਾਂ ਦੱਸੇਗਾ। ਪਰ ਬਾਬੇ ਤੇ ਜਿਹੜਾ ਇੱਕ ਤੋਂ ਇੱਕ ਵੱਧ ਦੋਸ਼ ਲੱਗਣਾ, ਉਸ ਬਾਬੇ ਨੂੰ ਕੁਛ ਨੀ ਹੋਣਾ ਤੇ ਉਹਦੀ ਨਕਲ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਜਿਨ੍ਹਾਂ ਦੇ ਵਿੱਚ ਸੁੱਟਣਾ, ਆਪਣੇ ਆਪ ਦੇ ਵਿੱਚ ਸਵਾਲ ਆ ਕਿ ਇਸ ਬਾਬੇ ਦਾ ਜ਼ੋਰ ਜ਼ਿਆਦਾ ਚੱਲਦਾ ਕਿ ਇਸ ਦੇਸ਼ ਦੇ ਵਿੱਚ ਕੋਈ ਕਾਨੂੰਨ ਵੀ ਚੱਲਦਾ। ਜੀ ਬਿਲਕੁਲ ਜੀ, ਕਾਨੂੰਨ ਸਿਰਫ ਉਸੇ ਦਾ ਹੀ ਆ ਜਿਹਦੇ ਕੋਲ ਜ਼ਿਆਦਾ ਪੈਸੇ ਆ। ਸਲਮਾਨ ਖਾਨ ਵਾਲੇ ਚਾਹੇ ਕੇਸ ਆ ਉਹਨੂੰ ਦੇਖ ਲਓ, ਸੰਜੇ ਦੱਤ ਵਾਲੇ ਕੇਸ ਆ ਉਹਨੂੰ ਦੇਖ ਲਓ। ਆ ਬਾਬਿਆਂ ਤੋਂ ਜ਼ਿਆਦਾ ਆ, ਫਰੀਜ਼ਰ ਵਾਲੇ ਬਾਬੇ ਦੀ ਕੋਈ ਅਪਡੇਟ ਆਈ ਆ? ਨਹੀਂ ਜੀ, ਹਾਲੇ ਤੇ ਮੌਸਮ ਹੈ ਜਿਹੜਾ ਤੁਹਾਨੂੰ ਪਤਾ ਸਰਦੀਆਂ ਦਾ, ਗਰਮੀਆਂ 'ਚ ਭਾਵੇਂ ਕੋਈ ਖਬਰ ਆ ਜਾਵੇ। ਜੀ ਜੀ, ਅਤੇ ਅਗਲੀ ਫਰੀਜ਼ਰ ਬੰਦ ਹੀ ਹੋਣਾ, ਫਰੀਜ਼ਰ ਬੰਦ ਆ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਜੇਲ੍ਹਾਂ ਦੇ ਵਿੱਚ ਜਿਹੜੇ ਨਸ਼ੇ ਰੋਕਣੇ ਆ ਉਹ ਕਹਿੰਦੇ ਆ ਜੀ ਮੁਸ਼ਕਲ ਆ, ਆਪ ਹੀ ਜਿਹੜੇ ਜੇਲ੍ਹ ਅਧਿਕਾਰੀਆਂ ਨੇ ਇਹ ਅਦਾਲਤ ਨੂੰ ਦੱਸਿਆ? ਇਹ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜੀ, ਜਿਹੜੇ ਜੇਲ੍ਹ ਅਧਿਕਾਰੀ ਜਾ ਕੇ ਹਾਈ ਕੋਰਟ ਦੇ ਵਿੱਚ ਇਹ ਗੱਲ ਕਹਿ ਦਿੰਦੇ ਆ ਕਿ ਜੀ ਸਾਡੇ ਕੋਲੋਂ ਹੁਣ ਨਸ਼ੇ ਰੋਕਣੇ ਜਿਹੜੇ ਸਾਡੇ ਵੱਸ ਦੀ ਗੱਲ ਨਹੀਂ ਹੈ। ਉਹ ਗਾਣਾ ਯਾਦ ਆਉਂਦਾ ਮੁਹੰਮਦ ਸਦੀਕ ਦਾ, ਮੇਰੇ ਵੱਸ ਨਾ ਰੰਜ ਨਾਲੇ ਬੰਨ ਕੇ ਨਾਲ ਲਿਜਾਂਦੇ ਖੇੜੇ। ਉਹ ਕਹਿੰਦੇ ਜੀ ਕਿ ਇਹ ਬੰਨ ਕੇ ਲੈ ਜਾਂਦੇ ਐਸੇ ਐਸੇ ਢੰਗ ਨੇ ਕੈਦੀਆਂ ਦੇ ਕੋਲ ਕਿ ਸਾਡੇ ਜਿਹੜੇ ਢੰਗ ਉਹ ਫੇਲ ਹੋ ਜਾਂਦੇ ਆ। ਔਰ ਦੂਜਾ ਉਹ ਕਹਿੰਦੇ ਜੀ ਕਿ ਭੀੜ ਬੜੀ ਹੈ ਕੈਦੀਆਂ ਦੀ, ਭੀੜ ਦੇ ਵਿੱਚ ਸਾਡਾ ਜਿਹੜਾ ਕੰਮ ਹੈ ਜਿਹੜਾ ਤਲਾਸ਼ੀ ਦਾ ਜਾਂ ਜਿਹੜੇ ਹੋਰ ਸਾਡੇ ਨੁਕਤੇ ਆ ਉਹ ਫੇਲ ਹੋ ਜਾਂਦੇ ਆ। ਇਹ ਖੁਦ ਅੰਮ੍ਰਿਤਸਰ ਦੀ ਜੇਲ੍ਹ ਦੇ ਅਧਿਕਾਰੀਆਂ ਨੇ ਜਾ ਕੇ ਹਲਫਨਾਮਾ ਦੇ ਕੇ ਗੱਲ ਕਹੀ ਹੈ ਕਿ ਅਸੀਂ ਜਿਹੜਾ ਰੋਕਣ ਤੋਂ ਅਸਮਰੱਥ ਆ, ਕਿਉਂਕਿ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਭੀੜ ਹੈ ਤੇ ਉਹ ਨਵੇਂ ਨਵੇਂ ਢੰਗ ਯਾਦ ਕਰਦੇ ਆ। ਹੁਣ ਜੇਕਰ ਜਿਹੜੇ ਪਹਿਰੇਦਾਰ ਆ ਉਹ ਇਹ ਗੱਲ ਕਹਿ ਦਿੰਦੇ ਕਿ ਜੀ ਅਸੀਂ ਰੋਕਣ ਤੋਂ ਅਸਮਰੱਥ ਆ, ਤੇ ਫਿਰ ਅਸੀਂ ਤਵੱਕੋ ਕੀ ਕਰ ਸਕਦੇ ਹਾਂ? ਜੇਲ੍ਹਾਂ ਦੇ ਵਿੱਚ ਜੇਕਰ ਨਸ਼ਾ ਨਹੀਂ ਰੋਕ ਸਕਦਾ, ਜੇਲ੍ਹਾਂ ਦੇ ਵਿੱਚ ਜੇਕਰ ਇਹ ਤਸਕਰੀ ਨਹੀਂ ਰੁਕ ਸਕਦੀ, ਤਾਂ ਫਿਰ ਬਾਹਰ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਵੇਗਾ? ਔਰ ਦੂਜੀ ਗੱਲ, ਸਾਡੀ ਸਰਕਾਰ ਹਮੇਸ਼ਾ ਥੋਪਦੀ ਹੈ ਦੋਸ਼ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਕਿ ਉਹ ਜੀ ਬਾਹਰੋਂ ਸਮਗਲਿੰਗ ਕਰਦੇ ਆ। ਹੁਣ ਦੇਖੋ ਜਿਹੜਾ ਜੇਲ੍ਹ ਦੇ ਵਿੱਚ ਸਮਾਨ ਜਾਂਦਾ ਹੈ ਉਹ ਤੇ ਅਫਗਾਨਿਸਤਾਨੀ ਨਹੀਂ ਆ ਕੇ ਲੈ ਕੇ ਜਾਂਦੇ, ਉਹ ਤੇ ਚੀਨੀ ਨਹੀਂ ਅੰਦਰ ਦੇ ਕੇ ਆਉਂਦੇ, ਉਹ ਤੇ ਪਾਕਿਸਤਾਨੀ ਨਹੀਂ ਆ ਕੇ ਦੇ ਕੇ ਜਾਂਦੇ, ਉਹ ਲੈ ਕੇ ਜਾਂਦੇ ਆ ਕੈਦੀ ਜਾਂ ਕੈਦੀ ਘੱਟ ਤੇ ਉਹ ਬੰਦੇ ਜ਼ਿਆਦਾ ਲੈ ਕੇ ਜਾਂਦੇ ਆ ਜਿਹੜੇ ਆਪਦੇ ਮੋਢੇ ਤੇ ਵਰਦੀ ਪਾਉਣ ਤੋਂ ਪਹਿਲਾਂ ਸੰਵਿਧਾਨ ਦੀ ਸਹੁੰ ਚੁੱਕਦੇ, ਉਹੀ ਰੇਲ ਗੱਡੀਆਂ ਦਾ ਉਹੀ ਮਾਲ ਗੱਡੀਆਂ ਦਾ ਅੰਦਰ ਕੰਮ ਕਰਦੇ ਆ। ਇੱਥੋਂ ਤੱਕ ਕਿ ਜਿਹੜੇ ਮੋਬਾਈਲ ਜਾਂਦੇ ਆ, ਹੁਣ ਤੁਸੀਂ ਦੇਖੋ ਇੱਕ ਕੈਦੀ ਆ ਉਹ ਏਡਾ ਵੱਡਾ ਮੋਬਾਈਲ ਕਿਵੇਂ ਲਿਜਾ ਸਕਦਾ? ਜਿਹੜੀਆਂ ਚੀਜ਼ਾਂ ਤੇ ਅਸੀਂ ਛੋਟੇ ਮੋਟੇ ਨਸ਼ੇ ਆ ਜਿਹੜੇ ਉਹ ਤੇ ਅਸੀਂ ਮੰਨਦੇ ਹਾਂ ਕਿ ਕੈਦੀ ਆ ਜਿਹੜਾ ਕਿਤੇ ਨਾ ਕਿਤੇ ਛੁਪਾ ਕੇ ਲੈ ਜਾਂਦਾ, ਮੋਬਾਈਲ ਤੇ ਚਾਰਜਰ ਕਿਵੇਂ ਅੰਦਰ ਜਾਂਦਾ ਇਹ ਤੁਸੀਂ ਦੇਖੋ। ਮੋਬਾਈਲ ਚਾਰਜਰ ਕੈਦੀ ਆਪ ਘੱਟ ਲਿਜਾਂਦੇ ਆ, ਜ਼ਿਆਦਾ ਤੌਰ ਤੇ ਉਹ ਇਹਨਾਂ ਮਾਲ ਗੱਡੀਆਂ ਤੋਂ ਮੰਗਾ ਲੈਂਦੇ ਆ ਕਿ ਆਹ ਚੱਕ ਮੋਬਾਈਲ ਦਾ ਰੇਟ ਤੇ ਨਾਲ ਆਪਦਾ ਵੀ ਰੇਟ ਦੱਸ ਦੇ, ਦੋਵੇਂ ਰੇਟ ਲੈ ਜਾ ਤੇ ਬਾਜ਼ਾਰ ਦੇ ਵਿੱਚ ਚੀਜ਼ ਲੈ ਕੇ ਦੇ ਜਾ, ਇਹ ਕੁਛ ਚੱਲਦਾ। ਸੋ ਜੇਕਰ ਇਹ ਅਧਿਕਾਰੀ ਆਪਣੇ ਅਧਿਕਾਰੀਆਂ ਨੂੰ ਇਸ ਕਰਪਟ ਸਿਸਟਮ ਦੇ ਵਿੱਚੋਂ ਸੁਧਾਰ ਨਹੀਂ ਸਕਦੇ, ਉਹਨਾਂ ਨੂੰ ਇੱਥੋਂ ਕੱਢ ਨਹੀਂ ਸਕਦੇ, ਇਹਨਾਂ ਦੀ ਜਿਹੜੀ ਇਹ ਆਦਤਾਂ ਨੇ ਉਹਨਾਂ ਨੂੰ ਸੁਧਾਰ ਨਹੀਂ ਸਕਦੇ, ਤਾਂ ਫਿਰ ਸਮਝਣਾ ਚਾਹੀਦਾ ਕਿ ਸਾਰਾ ਕੁਛ ਜਿਹੜਾ ਜੇਲ੍ਹਾਂ ਦੇ ਅੰਦਰ ਹੁੰਦਾ ਜਾਂ ਜੇਲ੍ਹਾਂ ਤੋਂ ਬਾਹਰ ਹੁੰਦਾ ਇਹਨੂੰ ਰੋਕਣ ਲਈ ਕੋਈ ਦੇਵ ਪੁਰਸ਼ ਆਏਗਾ ਉਡਨ ਤਸ਼ਤਰੀ ਦੇ ਵਿੱਚੋਂ, ਉਹ ਹੀ ਆ ਕੇ ਝੁਰਲੂ ਫੇਰੇਗਾ ਤੇ ਸਭ ਕੁਛ ਠੀਕ ਹੋਏਗਾ। ਫਿਰ ਇਹਨਾਂ ਦਾ ਕੋਈ ਕੰਮ ਨਹੀਂ, ਇਹ ਤੇ ਰੱਖੇ ਆ ਜੀ ਤਨਖਾਹ ਗਿਣ ਨੂੰ, ਮਹੀਨੇ ਬਾਅਦ ਇੰਨੇ ਗਿਣ ਲਓ
ਇੰਨੇ ਗਿਣ ਕੇ ਤੇ ਜਦੋਂ ਕੋਈ ਮਸਲਾ ਉੱਠੇ ਉੱਥੇ ਜਾ ਕੇ ਅਦਾਲਤ ਦੇ ਵਿੱਚ ਹਲਫਨਾਮਾ ਦੇ ਦੇ ਜੀ, ਅਸੀਂ ਤੇ ਕੱਖ ਨੀ ਕਰ ਸਕਦੇ। ਜੀ ਜੀ ਬਿਲਕੁਲ ਜੀ, ਇਹਨਾਂ ਦੇ ਹੱਥ ਪੱਕੇ ਹੀ ਖੜੇ ਹੀ ਆ। ਤੇ ਅਗਲੀ ਜਿਹੜੀ ਗੱਲ ਕਰੀਏ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਸੇਵਾਦਾਰ ਨੂੰ ਜਿਹੜੀ ਆ ਗੋਲੀ ਲੱਗੀ, ਅਜੇ ਤੱਕ ਭੇਤ ਨਹੀਂ ਖੁੱਲ ਰਿਹਾ ਵੀ ਹੋਇਆ ਕੀ? ਅਚਾਨਕ ਗੋਲੀ ਲੱਗੀ ਹੈ ਜੀ। ਕੋਈ ਗੁਰਪ੍ਰੀਤ ਸਿੰਘ ਨਾਮ ਦਾ ਇਹ ਸੇਵਾਦਾਰ ਸੀਗਾ ਜਿਹੜਾ ਉੱਥੇ ਪਰਿਕਰਮਾ ਦੇ ਵਿੱਚ ਆਪਦੀ ਸੇਵਾ ਨਿਭਾ ਰਿਹਾ ਸੀਗਾ। ਅਚਨਚੇਤ ਉਹਦੀ ਪੱਗ ਨੂੰ ਛੂਹ ਕੇ ਗੋਲੀ ਹੈ ਜਿਹੜੀ ਉਹਦੇ ਮੋਢੇ ਤੇ ਥੋੜਾ ਜਿਹਾ ਹਿੱਸਾ ਜਿਹੜਾ ਆਪਣੇ ਸ਼ੋਲਡਰ ਤੋਂ ਥੱਲੇ ਛਾਤੀ ਵੱਲ ਨੂੰ ਹੁੰਦਾ ਇੱਥੇ ਲੱਗੇ ਆ, ਥੋੜੇ ਜਿਹੇ ਸ਼ਰਲੇ ਲੱਗੇ ਆ, ਪਰ ਨੁਕਸਾਨ ਤੇ ਕੁਝ ਜ਼ਿਆਦਾ ਨਹੀਂ ਹੋਇਆ। ਚਿੰਤਾ ਇਸ ਗੱਲ ਦੀ ਹੈ ਕਿ ਆਖਰ ਗੋਲੀ ਆਈ ਕਿੱਥੋਂ ਤੇ ਗੋਲੀ ਚਲਾਈ ਕਿੱਥੋਂ, ਚਲਾਉਣ ਵਾਲਾ ਕੌਣ ਸੀ, ਕਿਉਂਕਿ ਕਿਸੇ ਵੀ ਕਿਸਮ ਦਾ ਹਾਲੇ ਤੱਕ ਸੁਰਾਗ ਹੈ ਜਿਹੜਾ ਪੁਲਿਸ ਨੂੰ ਜਾਂ ਐਸ ਡੀ ਪੀ ਸੀ ਦੇ ਕਰਮਚਾਰੀਆਂ ਨੂੰ ਨਹੀਂ ਲੱਗਾ ਕਿ ਗੋਲੀ ਚਲਾਉਣ ਵਾਲਾ ਕੌਣ ਸੀ, ਚਲਾਈ ਕਿਸ ਮੰਤਵ ਨਾਲ ਆ ਤੇ ਗੋਲੀ ਆਈ ਕਿੱਥੋਂ ਆ। ਹੁਣ ਜਿਹੜਾ ਇਹਦਾ ਸਾਰਾ ਘੇਰਾ ਵਧਾਇਆ ਜਾਏਗਾ ਜਾਂਚ ਦਾ, ਉਸ ਤੋਂ ਬਾਅਦ ਦੀ ਗੱਲ ਜਿਹੜੀ ਆ ਖੁੱਲੇਗੀ ਕਿ ਗੋਲੀ ਜਿਹੜੀ ਅਚਨਚੇਤ ਚੱਲੀ, ਗੋਲੀ ਦਾ ਕਿਸੇ ਨੇ ਹਵਾਈ ਫਾਇਰ ਕੀਤਾ ਜਾਂ ਗੋਲੀ ਆ ਜਿਹੜੀ ਨਿਸ਼ਾਨਾ ਵਿੰਨ ਕੇ ਚਲਾਈ ਗਈ, ਕਿਉਂਕਿ 315 ਬੋਰ ਦਾ ਜਿਹੜਾ ਖੋਲ ਹੈ ਉਹ ਮਿਲਿਆ ਤੇ 315 ਬੋਰ ਜਿਹੜੀ ਬਹੁਤ ਦੂਰ ਤੋਂ ਵੀ ਮਾਰ ਕਰ ਸਕਦੀ ਹੈ, ਸਾਰੇ ਜਾਣਦੇ ਆ। ਸੋ ਇਹ ਵੀ ਹੋ ਸਕਦਾ ਕਿ ਗੋਲੀ ਕਿਸੇ ਨੇ ਮਿੱਥ ਕੇ ਚਲਾਈ ਹੋਵੇ, ਸ਼ਰਾਰਤ ਕੀਤੀ ਹੋਵੇ, ਉਹ ਜਾਂਚ ਤੋਂ ਬਾਅਦ ਦੀ ਗੱਲ ਹੈ। ਪਰ ਕੱਲਾ ਅੰਮ੍ਰਿਤਸਰ ਦੇ ਵਿੱਚ ਇਹ ਮਸਲਾ ਨਹੀਂ ਹੋਇਆ, ਇੱਕ ਕੱਲ ਹੋਰ ਇੱਕ ਮਸਲਾ ਹੋਇਆ ਕਿ ਪਤੰਗ ਕੋਈ ਉਡਾ ਰਿਹਾ ਸੀਗਾ ਤੇ ਉਹ ਮੁੰਡੇ ਦੇ ਆ ਕੇ ਗੋਲੀ ਵੱਜੀ ਸਿਰ ਦੇ ਵਿੱਚ। ਉਹਨੇ ਪਹਿਲਾਂ ਤੇ ਲੱਗਿਆ ਕਿ ਸ਼ਾਇਦ ਕੋਈ ਪੱਥਰ ਵੱਜਿਆ, ਉਹਨੇ ਥੱਲੇ ਗਿਆ ਆਪਦੇ ਘਰੇ, ਉਹਨੇ ਮਲਮ ਪੱਟੀ ਕਰਵਾ ਲਈ ਤੇ ਫਿਰ ਚੜ੍ਹ ਕੇ ਪਤੰਗਬਾਜੀ ਵੇਖਣ ਲੱਗ ਪਿਆ। ਜਦੋਂ ਦੁਬਾਰਾ ਸਿਰ 'ਚ ਦਰਦ ਹੋਇਆ, ਖੂਨ ਦੁਬਾਰਾ ਚੱਲਿਆ, ਤਾਂ ਫਿਰ ਉਹਨੂੰ ਲੱਗਿਆ ਕਿ ਗੜਬੜ ਹੈ, ਫਿਰ ਉਹਨੂੰ ਹਸਪਤਾਲ 'ਚ ਲਿਜਾਂਦਾ ਗਿਆ ਤਾਂ ਜਿੱਥੇ ਪਤਾ ਲੱਗਿਆ ਡਾਕਟਰਾਂ ਦੇ ਜ਼ਰੀਏ ਕਿ ਇਹਦੇ ਅੰਦਰ ਗੋਲੀ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਚਿੰਤਾਜਨਕ ਗੱਲ ਹੈ ਕਿ ਇਸ ਤਰ੍ਹਾਂ ਗੋਲੀਬਾਰੀ ਜਿਹੜੀ ਲੋਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ ਕੀਤੀ ਜਾ ਰਹੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਖਤਰਨਾਕ ਰੁਝਾਨ ਹੈ, ਕਿਉਂਕਿ ਪਹਿਲਾਂ ਤੇ ਵਿਆਹਾਂ ਦੀਆਂ ਸਟੇਜਾਂ ਦੇ ਨੇੜੇ ਨੇੜੇ ਫਾਇਰਿੰਗ ਅਸੀਂ ਦੇਖਦੇ ਹੁੰਦੇ ਸੀ, ਸ਼ਰਾਬੀ ਕਰਦੇ ਸੀ ਤੇ ਉਹਦੇ ਵਿੱਚ ਮਾਸੂਮ ਜਾਨਾਂ ਕਈ ਵਾਰ ਚਲੀਆਂ ਜਾਂਦੀਆਂ ਸੀ ਜਾਂ ਕੋਈ ਨਿਰਦੋਸ਼ ਜਾਨਾਂ ਬਲੀ ਦਾ ਬੱਕਰਾ ਬਣ ਜਾਂਦੀਆਂ ਸਨ। ਪਰ ਅੱਜ ਕੱਲ੍ਹ ਕੀ ਹੈ, ਇੱਕ ਫੈਸ਼ਨ ਚੱਲ ਪਿਆ, ਨੌਜਵਾਨ ਜਦੋਂ ਵੀ ਇਕੱਠੇ ਹੋ ਜਾਂਦੇ ਆ ਪਤੰਗਬਾਜ਼ੀ ਕਰਦੇ ਜਾਂ ਹੁੱਲੜਬਾਜ਼ੀ ਕਰਦੇ ਆ, ਉਦੋਂ ਕਿਉਂਕਿ ਅੱਜ ਕੱਲ ਪੰਜਾਬ ਸਰਕਾਰ ਨੇ ਸਕੀਮਾਂ ਖੋਲੀਆਂ ਹੋਈਆਂ, ਘਰ ਘਰ ਅਸਲਾ ਪਹੁੰਚਾ ਦਿੱਤਾ ਗਿਆ, ਉਦੋਂ ਜਦੋਂ ਇਕੱਠ ਹੁੰਦਾ ਉਦੋਂ ਫਾਇਰਿੰਗ ਕਰਨੀ ਜਿਹੜੀ ਇੱਕ ਟ੍ਰੈਂਡ ਬਣ ਗਿਆ ਪੰਜਾਬ ਦੇ ਵਿੱਚ। ਤੇ ਮੈਨੂੰ ਲੱਗਦਾ ਹੋ ਸਕਦਾ ਕਿ ਹੋਰ ਵੀ ਕੋਈ ਸਾਜਿਸ਼, ਕੋਈ ਹੋਰ ਵੀ ਮਸਲਾ ਹੋਵੇ, ਪਰ ਜ਼ਿਆਦਾਤਰ ਇਹ ਮਸਲਾ ਲੱਗ ਰਿਹਾ ਕਿ ਉਹ ਜਿਹੜੀ ਕੀਤੀ ਹੋਈ ਹੈ ਫਾਇਰਿੰਗ, ਜਿਹੜੀ ਹਵਾਈ ਫਾਇਰਿੰਗ ਕਿਸੇ ਪਾਸੋਂ ਕੀਤੀ ਹੋਈ, ਉਹਦਾ ਹੀ ਨਿਸ਼ਾਨਾ ਬਣਿਆ ਲੱਗਦਾ ਹੈ। ਜੀ ਜੀ, ਅਤੇ ਜਾਂਦੇ ਜਾਂਦੇ ਜਿਹੜੀ ਪਠਾਨਕੋਟ ਦੇ ਵਿੱਚ ਜਿਹੜਾ ਹਮਲਾ ਹੋਇਆ ਉਸ ਨੂੰ ਲੈ ਕੇ ਜਿਹੜੇ ਆ ਕੋਈ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਬੰਦਾ ਵੀ ਫੜਿਆ, ਅੱਤਵਾਦੀ ਉਹਨਾਂ ਨੇ ਗਰੁੱਪ ਜਿਹੜਾ ਇੱਕ ਫੜਿਆ ਵੀ ਆ, ਨਾਲ ਇਹ ਵੀ ਖਬਰ ਆ ਰਹੀ ਆ ਵੀ ਪਾਕਿਸਤਾਨ ਦੀ ਜਿਹੜੀ ਟੀਮ ਆ ਉਹ ਭਾਰਤ ਦੇ ਵਿੱਚ ਵੀ ਆਵੇਗੀ। ਵੇਖੋ ਜੀ, ਮੌਲਾਨਾ ਮਸੂਦ ਅਜ਼ਹਰ ਬਾਰੇ ਗੱਲ ਹੋਈ ਸੀਗੀ, ਪਹਿਲਾਂ ਕਿਹਾ ਜੀ ਕਿ ਉਹਨੂੰ ਤੇ ਉਹਦੇ ਭਰਾ ਨੂੰ ਰੌਫ ਨੂੰ ਫੜ ਲਿਆ ਗਿਆ, ਫਿਰ ਬਾਅਦ ਦੇ ਵਿੱਚ ਖਬਰ ਆਈ ਜੀ ਕਿ ਫੜਿਆ ਨਹੀਂ ਗਿਆ, ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਨਜ਼ਰਬੰਦ ਕੀਤਾ ਗਿਆ ਤੇ ਇਹ ਤੇ ਜਿਵੇਂ ਕਹਿ ਲਈਏ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ, ਬਾਹਰ ਉਹਨਾਂ ਨੂੰ ਖਤਰਾ ਹੋ ਸਕਦਾ ਜੀ, ਘਰੇ ਥੋੜਾ ਜਿਹਾ ਉਹ ਤੁਸੀਂ ਘਰੇ ਰਹੋ, ਬਾਹਰ ਤੁਹਾਡੇ ਪਹਿਰਾ ਬਿਠਾ ਦਿੱਤਾ ਗਿਆ। ਦੂਜੇ ਪਾਸੇ ਪਹਿਲਾਂ ਲਖਵੀ ਨੂੰ ਫੜਿਆ ਗਿਆ ਸੀਗਾ, ਲਖਵੀ ਮੁੰਬਈ ਦਾ ਜਿਹੜਾ ਹਮਲਾ ਹੋਇਆ ਸੀਗਾ ਉਹਦਾ ਮੁੱਖ ਸਾਜਿਸ਼ ਕਰਤਾ ਸੀਗਾ, ਬਾਅਦ ਦੇ ਵਿੱਚ ਉਹਨੂੰ ਵੀ ਛੱਡ ਦਿੱਤਾ ਗਿਆ। ਸੋ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਜੀ ਕਿ ਡਰਾਮੇ ਹੈ, ਡਰਾਮੇ ਪਾਕਿਸਤਾਨ ਵੀ ਕਰਦਾ ਪਿਆ ਤੇ ਡਰਾਮੇ ਇੱਧਰੋਂ ਵੀ ਹੁੰਦੇ ਪਏ ਆ। ਹੁਣ ਕਰਨਾ ਕੁਛ ਨਹੀਂ, ਇੱਕ ਉਮੀਦ ਹੈ ਕਿ ਪਾਕਿਸਤਾਨ ਚੋਂ ਜਾਂਚ ਜਾਂਚ ਵਾਲੀ ਟੀਮ ਆਏਗੀ, ਉਹ ਕੁਛ ਕਰਕੇ ਜਾਏਗੀ, ਗੱਲਬਾਤ ਹੋਏਗੀ, ਪਰ ਲੱਗਦਾ ਨਹੀਂ, ਕਿਉਂਕਿ ਦੋਹਾਂ ਮੁਲਕਾਂ ਦੇ ਜਿਹੜੇ ਲੀਡਰ ਹੈ ਉਹ
ਅੰਦਰੋਂ ਕੁਛ ਹੋਰ ਨੇ, ਕੋਸ਼ਿਸ਼ਾਂ ਬਾਹਰੋਂ ਕੁਛ ਹੋਰ ਕਰ ਰਹੇ ਆ, ਕੋਸ਼ਿਸ਼ਾਂ ਜਿਹੜੀਆਂ ਕਰਵਾਉਣ ਵਾਲਾ ਉਹ ਇੱਕ ਥਾਣੇਦਾਰ ਬੈਠਾ, ਉਹ ਪਾਸੇ ਤੁਹਾਨੂੰ ਪਤਾ ਦੁਨੀਆਂ ਦੇ ਦੂਜੇ ਹਿੱਸੇ ਤੇ, ਉਹ ਥਾਣੇਦਾਰ ਹੀ ਕਹਿ ਦਿੰਦਾ ਜਦੋਂ ਕਿ ਗੱਲ ਕਰ ਰਹੇ ਹੋ ਤੇ ਦੋਵੇਂ ਗੱਲ ਕਰਨ ਚਲੇ ਜਾਂਦੇ ਆ। ਨਹੀਂ ਤਾਂ ਇਹਨਾਂ ਦੀ ਜਿਹੜੀ ਆਪਸੀ ਅੰਦਰੋਂ ਜਿਹੜੀ ਜਿਵੇਂ ਕਹਿ ਸਕਦੇ ਆ ਕਿ ਇੱਕ ਭਾਵਨਾ, ਉਹ ਭਾਵਨਾ ਦੋਨਾਂ ਦੀ ਉਹ ਸ਼ੱਕੀ ਹੈ, ਦੋਨਾਂ ਮੁਲਕਾਂ ਦੀ ਮੈਂ ਕਹਾਂਗਾ, ਦੋਨਾਂ ਮੁਲਕਾਂ ਦੀ ਸਮਰਪਤਾ ਜਿਹੜੀ ਆ ਬਹੁਤ ਘੱਟ ਹੈ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰੂਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ, ਸ਼ੁਕਰੀਆ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਖਬਰ ਤੇ ਨਜ਼ਰ ਹੁਣ ਸਮਾਪਤ ਹੁੰਦਾ ਹੈ। ਆਪਾਂ ਗੱਲਬਾਤ ਕਰ ਰਹੇ ਸੀ ਮਿੰਟੂ ਗੁਰੂਸਰੀਆ ਜੀ ਦੇ ਨਾਲ, ਉਹ ਸਾਡੇ ਨਾਲ ਰੋਜ਼ਾਨਾ ਜੁੜਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਬਲਤੇਜ ਪੰਨੂ ਹੋਣਾ ਦੀ ਗੈਰ ਹਾਜ਼ਰੀ ਦੇ ਵਿੱਚ, ਤੇ ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਤੀਸ ਮਾਰ ਖਾਂ ਹੋਣਾ ਦਾ ਲਿਖਿਆ ਹੋਇਆ ਅੱਜ ਨਾਮਾ। ਪਲਕ ਝਪਕਦੇ ਪਲਕ ਨੂੰ ਪੁਲਿਸ ਫੜਿਆ, ਪਲਕ ਝਪਕਿਆਂ ਹੋਈ ਫਿਰ ਜੇਲ੍ਹ ਮੀਆਂ, ਪਲਕ ਝਪਕਦੇ ਆਈ ਫਿਰ ਝੱਟ ਅਰਜੀ, ਪਲਕ ਝਪਕਿਆਂ ਹੋਈ ਪਈ ਬੇਲ ਮੀਆਂ, ਉੱਥੇ ਪਹੁੰਚ ਗਈ ਭੀੜ ਸ਼ਰਧਾਲੂਆਂ ਦੀ, ਪੈ ਰਹੀ ਪਲਕ ਨੂੰ ਤੱਕਣ ਨਕੇਲ ਮੀਆਂ, ਪੱਤਰਕਾਰਾਂ ਫਿਰ ਪੁੱਛਿਆ ਆਣ ਉਸਨੂੰ, ਕਾਹਦਾ ਪਲਕ ਜੀ ਹੋ ਗਿਆ ਖੇਲ ਮੀਆਂ, ਪਲਕ ਆਖਿਆ ਬਲੀ ਦੇ ਬੱਕਰਿਆਂ ਨੂੰ, ਪੁੱਛਦਾ ਇੱਥੇ ਕਸੂਰ ਬਈ ਕੌਣ ਮੀਆਂ, ਲਿਖਿਆ ਕਿਸੇ ਦਾ ਮੈਸਾਂ ਪੜ੍ਹਨ ਵਾਲਾ, ਰੱਸਾ ਕਿਸੇ ਦਾ ਯਾਰਾਂ ਦੀ ਧੌਣ ਮੀਆਂ। ਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।